नमस्कार अदाब प्यार भरी सत श्रीकाल जी, मैं थोड़ा अपना रवनीत लैके हाजिर होया थोड़ा फेवरेट शो ते शो का नाम थोड़े बुलों पर ही है मखौल। ठीक है, गुस्सा नहीं करीदा। अज मैं उन्हां वीरां दी गल करूँगा जिहड़े नवें नवें बाहरों पिंड आए होंदे। पिंड वालों लगता है भी इन्हां कोल हुण डालर है ते पौंड है, पर इन्हां कोल सिर्फ दो शब्द हुंदे है बुलों के उत्ते पक्के चिपके हुंदे है, एक गोडे है दूजे ठीक है। सारी दिहाड़ी सवेरे शाम गोडे है ठीक है यही करते रहते। साढ़े नाल दे पिंड दा मुंडा जसविंदर जैज बन के इंग्लैंड तो आया, उहदे आउंदे ने उहदे चाचे नूं कहा भी जसविंदर चाची चढ़ाई कर गई, अगू कहिंदा ओहो चाचा गोडिया। चाचे ने जसविंदर उर्फ जैज गोडिया थले लै लिया, चाचे ने नहीं उठन दिता जिन्ना चिर तक उहदी जीभ नहीं बाहर आई। भतीजे नूं पता लगे मतलब जसविंदर नूं की समझ आए भी ये की होई जांदा। वह हार के जदों उहदे साह ज सुकण लगे वह उठ के कहिंदा चाचा आ की है, कहिंदा गोडे है ठीक है। फिर उहनूं पता लग्या ਵੀ ਆਹ ਦੋ ਸ਼ਬਦ ਬਹੁਤਾ ਚਿਰ ਨਹੀਂ ਚੱਲਣੇ। ਸੋ ਇਹ ਸੀਗੀਆਂ ਜੀ ਹਾਸੀਆਂ ਖੇਡੀਆਂ ਬਾਹਰ ਦੇ ਵੀਰਾਂ ਲਈ, ਪਰ ਜਿਉਂਦੇ ਰਹਿਣ ਸਾਡੇ NRI ਵੀਰ ਅਤੇ NRI ਪਰਿਵਾਰ ਜਿਹੜੇ ਉੱਥੇ ਹੱਡ ਤੋੜ ਮਿਹਨਤ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਇੱਥੇ ਵੀ ਅਤੇ ਉੱਥੇ ਵੀ ਖੁਸ਼ੀ ਦੇ ਚਾਰ ਪਲ ਦੇ ਰਹੇ ਨੇ। ਸੋ ਪਲੀਜ਼ ਵੈਲਕਮ ਅਰਮਾਨ ਬੇਦਿਲ, ਤਨੂ ਗਰੇਵਾਲ ਅਤੇ ਸਾਡੇ ਡਾਇਰੈਕਟਰ ਸਾਹਿਬ ਸੁੱਖ ਸੰਘੇੜਾ। ਸੋ ਪਲੀਜ਼ ਵੈਲਕਮ। ਸਤਿ ਸ਼੍ਰੀ ਅਕਾਲ ਅਰਮਾਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਹਾਂਜੀ ਹਾਂਜੀ ਵੀਰੇ ਵਧੀਆ। ਧੰਨ ਭਾਗ ਤੁਸੀਂ ਆਏ, ਬਹੁਤ ਸਾਰੀਆਂ ਮੁਬਾਰਕਾਂ ਅਰਮਾਨ ਦੇ। ਤੁਸੀਂ ਗਾਣਿਆਂ ਨੂੰ ਬਹੁਤ ਪਿਆਰ ਕਰਦੇ ਹੋ, ਬੜੇ ਪਿਆਰੇ ਪਿਆਰੇ ਗਾਣੇ ਨੇ। ਜ਼ਿੰਦਗੀ ਦੇ ਅਸਲ ਜ਼ਿੰਦਗੀ ਦੇ ਵਿੱਚ ਵੀ ਅਰਮਾਨ ਹਮੇਸ਼ਾ ਜਦੋਂ ਵੀ ਮਿਲਦੇ ਨੇ ਮੈਨੂੰ ਤਾਂ ਬੜੇ ਸਹਿਮੇ ਸਹਿਮੇ ਜੇ, ਬੜੇ ਸਲੀਕੇ ਨਾਲ ਮੈਂ ਕਹਿ ਸਕਦਾ, ਅਤੇ ਬੜੇ ਮਤਲਬ ਬੜੇ ਸੋਫਟ ਸੋਫਟ ਜਿਹੇ ਗਾਣੇ ਇਹਨਾਂ ਨੇ ਕੀਤੇ ਨੇ। ਤਨੂ ਨੂੰ ਮੈਂ ਪਹਿਲੀ ਵਾਰ ਮਿਲ ਰਿਹਾ, ਸੋ ਜਿਹੜੇ ਇਹ ਸ਼ਖਸੀਅਤ ਬੈਠੀ ਆ ਇਹਨਾਂ ਬਾਰੇ ਕੋਈ ਜਾਣ ਪਛਾਣ ਮੈਨੂੰ ਲੱਗਦਾ ਕਿ ਮੈਨੂੰ ਕਰਾਉਣੀ ਪਊਗੀ। ਸੁੱਖ ਸੰਘੇੜਾ ਇੱਕ ਐਸਾ ਨਾਮ ਹੈ ਜਿਹਨੂੰ ਬੱਚਾ ਬੱਚਾ ਜਾਣਦਾ, ਵੱਡੇ ਵੀ ਜਾਣਦੇ ਨੇ, ਸਾਡੀ ਉਮਰ ਦੇ ਵੀ ਬਹੁਤ ਸਾਰੀਆਂ ਬਾ ਕਮਾਲ ਵੀਡੀਓਜ਼ ਕੀਤੀਆਂ। ਤੁਹਾਨੂੰ ਤੁਸੀਂ ਪਹਿਲਾਂ ਵੀ ਕੰਮ ਕੀਤਾ ਵੱਡੇ ਪਰਦੇ ਦੇ ਉੱਤੇ? ਸੁੱਖ ਨਾਲ ਅਸੀਂ ਪਹਿਲਾਂ ਤੋਂ ਹੀ ਕਨੈਕਟਡ ਹਾਂ। ਸੁੱਖ ਨਾਲ ਮੈਂ ਮਿਊਜ਼ਿਕ ਵੀਡੀਓਜ਼ ਤੋਂ ਸ਼ੁਰੂ ਕੀਤਾ ਸੀਗਾ ਪਹਿਲਾਂ। ਹਾਂਜੀ ਹਾਂਜੀ, ਸੁੱਖ ਨਾਲ ਸ਼ੁਰੂ ਕੀਤਾ ਸੀ। ਓਕੇ, ਸੋ ਇਹਨਾਂ ਨਾਲ ਆਲਰੇਡੀ ਮਤਲਬ ਵੀ ਹੈਵ ਅ ਗੁੱਡ ਰਿਲੇਸ਼ਨਸ਼ਿਪ। ਮੈਂ ਹਮੇਸ਼ਾ ਤੋਂ ਹੀ ਸੁੱਖ ਦਾ ਕੰਮ ਟਰੱਸਟ ਕਰਦੀ ਆਈ ਹਾਂ, ਕਿਉਂਕਿ ਜਿਹੜਾ ਵੀ ਕੰਮ ਮੈਂ ਸੁੱਖ ਨਾਲ ਕੀਤਾ ਸਾਰੇ ਕੰਮ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਸਾਰੇ ਕੰਮ 'ਚ ਬਾਬੇ ਨੇ ਸੁੱਖ ਰੱਖੀ ਹੈ। ਹਾਂਜੀ, ਜਿਹੜਾ ਕੰਮ ਤੁਸੀਂ ਸੁੱਖ ਨਾਲ ਕੀਤਾ। ਹਾਂਜੀ, ਮੇਰੀ ਫੈਮਿਲੀ ਵੀ ਬਹੁਤ ਵੱਡੀ ਫੈਨ ਆ ਸੁੱਖ ਦੇ ਕੰਮ ਦੀ। ਮੈਨੂੰ ਸੁੱਖ ਨਾਲ ਤੋਂ ਸ਼ੁਰੂ ਕੀਤਾ ਸੀਗਾ, ਤੂੰ ਉਹਨੂੰ ਕਦੇ ਵੀ ਨਾ ਨਹੀਂ ਕਰਨੀ ਹੈਗੀ, ਹਮੇਸ਼ਾ ਉਹਨੂੰ ਯੈਸ ਕਰਨੀ ਆ। ਸੋ ਹਾਂਜੀ, ਬੜੀ ਵਧੀਆ ਗੱਲ ਹੈ ਇਹ ਮੇਰੇ ਲਈ। ਹਾਂ, ਬਹੁਤ ਰਿਸਪੈਕਟ ਵਾਲੀ ਗੱਲ ਆ ਕਿ ਇਹ ਤੈਨੂੰ ਅੱਜ, ਚਲੋ ਦੋ ਫਿਲਮਾਂ ਕਰ ਲਈਆਂ, ਇਹ ਗੱਲ ਇਹਦੇ ਦਿਮਾਗ ਵਿੱਚ ਵੀ ਆਈ ਆ, ਮੈਨੂੰ ਲੱਗਦਾ ਇਹ ਬਹੁਤ ਵੱਡੀ ਗੱਲ ਆ। ਨਹੀਂ, ਪੈਰ ਜੇ ਹਿੱਲ ਜਾਂਦੇ ਹੁੰਦੇ ਆ। ਹਾਂਜੀ ਬਿਲਕੁਲ, ਅਸੀਂ ਦੇਖਿਆ ਜੀ। ਹਾਂ, ਕਿਉਂਕਿ ਤੁਹਾਡਾ ਬਹੁਤ ਐਕਸਪੀਰੀਅੰਸ ਰਿਹਾ। ਹਾਂਜੀ, ਬਹੁਤ ਜ਼ਿਆਦਾ, ਹੁਣ 13-14 ਸਾਲ ਅਸੀਂ ਇਸ ਦੇ ਡਾਇਰੈਕਟਰ ਹੋ ਗਏ, ਬਹੁਤ ਵਾਹ ਹੈ। ਹਾਂਜੀ, ਜਿਨ੍ਹਾਂ 'ਤੇ ਅਸੀਂ ਇੰਨਾ, ਆਪਾਂ ਤੁਹਾਨੂੰ ਵੀ ਪਤਾ ਹੀ ਹੈ, ਜੋ ਸਾਡੇ ਕੋਲ ਆਉਂਦੇ ਆ ਵੈਰੀ ਫਸਟ ਸਟੇਜ 'ਚ ਹੁੰਦੇ ਆ, ਜਿਨ੍ਹਾਂ ਨੇ ਕੈਮਰਾ ਕਦੇ ਦੇਖਿਆ ਵੀ ਨਹੀਂ ਹੁੰਦਾ, ਜੋ ਐਂਡ ਆਫ ਦਾ ਡੇ ਆਪਾਂ ਨਹੀਂ ਕਹਿੰਦੇ, ਚਲੋ ਸਾਰੇ ਬੰਦੇ ਆਪਦੀ ਲਾਈਫ 'ਚ ਵੱਧਦੇ ਆ, ਪਰ ਇੱਕ ਰਿਸਪੈਕਟ ਹੁੰਦੀ ਆ, ਉਹ ਜ਼ਰੂਰੀ ਚਾਹੀਦੀ। ਇਹ ਬਹੁਤ ਵਧੀਆ ਕੁਆਲਿਟੀ ਮੈਨੂੰ ਲੱਗੀ ਤੁਹਾਡੀ। ਉਹ ਵੀ ਇਹੀ ਗਾਣਾ ਸੀ ਜਿਹ 'ਚ 7-8 ਕੁੜੀਆਂ ਸੀ? ਨਹੀਂ ਨਹੀਂ, ਉਹ ਹੋਰ ਸੀਗਾ, ਉਹ 'ਚ 7 ਮਾਡਲ, ਉਹ ਹੋਰ ਸੀਗਾ, ਜੱਟ ਦੇ ਜਵਾਨੀ ਸੀ। ਉਹ ਮੈਂ ਪਹਿਲਾ ਗਾਣਾ ਦੇਖਿਆ ਜਿਹ 'ਚ 7 ਮਾਡਲਾਂ ਸੀ ਆਪਣੀ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ, ਮਤਲਬ ਕੋਈ ਹੋ ਰਹਿ ਗਈ ਹੋਊ ਸੱਤ, ਕੀ ਕਹਾਂ ਤੁਹਾਨੂੰ। ਨਹੀਂ ਉਹ ਬਸ ਠੀਕ ਹੈ, ਉਹ ਜਵਾਨੀ ਹੈ ਨਾ, ਅੱਗ ਲਾਉਣੀ ਜੱਟ ਨੂੰ ਜਵਾਨੀ ਚੜ੍ਹ ਗਈ। ਹਾਂ ਹਾਂ, ਪਰ ਬਹੁਤ ਗਾਣਾ ਮੈਂ ਸੁਣਿਆ ਪਹਿਲਾਂ, ਆਈ ਥਿੰਕ ਪੋਸਟਰ 'ਤੇ ਵੀ 7 ਕੁੜੀਆਂ ਸੀ। 7 ਕੁੜੀਆਂ ਸੀ, ਹਾਂਜੀ ਹਾਂਜੀ। ਅੱਛਾ, ਚਲੋ 7 ਦੀਆਂ ਦੁਆਵਾਂ ਲੱਗੀਆਂ ਨੇ, ਕਮਾਲ ਦੀ। ਨੋਟ ਕੀਤਾ ਹੋਣਾ, ਸਾਊਂਡ ਮੂੰਹ ਥਣੀ ਹੋਈ ਹੈ। ਹਾਂਜੀ। ਹੋ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ, ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਸੀ। ਬਸ ਬਸ, ਯਾਰਾਂ ਦੀ ਐਂਟਰੀ ਵੇਖ ਕੇ ਵੈਸੇ ਲੱਤਾਂ ਕੰਬਣੀਆਂ ਸ਼ੁਰੂ ਹੋ ਗਈਆਂ, ਉਨੀ ਹੋਰ ਨਹੀਂ ਵਜਾਉਣ ਦੀ ਲੋੜ ਹੈ, ਬਸ ਕਰਕਣਾ। ਅੱਛਾ, ਮੇਰੀ ਕੁਲਫੀ 'ਚ ਡੰਡੀਆਂ ਤੇ ਜਿਹਦੇ 'ਚ ਕੁਲਫੀ ਬਣਾਉਂਦੇ ਨਾ, ਜਿਹੜੀ ਕੁਪੀ ਹੈ ਉਹਦੇ ਵਰਗਾ ਮੂੰਹ ਹੈ ਤੇਰਾ। ਓਏ ਗੈਸਟ ਆਏ, ਪਹਿਲੇ ਗੈਸਟਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਦੀ ਆ। ਸਤਿ ਸ਼੍ਰੀ ਅਕਾਲ ਸੁੱਖ ਸੰਘੇੜਾ ਭਾਜੀ, ਤਨੂ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਉਹ ਹੈਗੇ ਕੌਣ ਤੁਸੀਂ? ਸਤਿ ਸ਼੍ਰੀ ਅਕਾਲ ਹੈਗੇ ਕੌਣ? ਉਹਨਾਂ ਨੂੰ ਇੱਕ ਮਿੰਟ ਤੁਸੀਂ ਬੁਲਾ ਲਈ ਨਾ ਸਤਿ ਸ਼੍ਰੀ ਅਕਾਲ। ਹੁਣ ਮੇਰੀ ਵਾਰੀ ਆ ਮੇਰੇ ਸਟਾਈਲ ਦੇ ਵਿੱਚ। ਹਾਏ ਓਹੋ, OMG ਯੋ ਆਯੋ। ਬਸ ਇਹ ਇਹਦੀ ਆਦਤ ਨਹੀਂ ਜਾਣੀ, ਇਹ ਕਰਕੇ ਨੇ 20-20 ਰੁਪਏ ਮੰਗ ਲੈਣੇ ਸਾਰਿਆਂ ਕੋਲੋਂ।
ਛੱਡ ਦੇ ਨਾ ਆਤਾਂ ਨੂੰ। ਹਾਂਜੀ ਤੁਸੀਂ ਕੀ ਪੁੱਛਣ ਦੇ? ਮੈਂ ਹੀ ਪੁੱਛਿਆ ਵੀ ਕੌਣ ਹੋ ਤੁਸੀਂ ਅਗਲੇ। ਅੱਛਾ ਮੇਰਾ ਚਿਹਰਾ ਦੇਖ ਕੇ ਤੈਨੂੰ ਯਾਦ ਨਹੀਂ ਆ ਰਿਹਾ ਮੈਂ ਕੌਣ ਆ? ਉਹ ਮੈਨੂੰ ਅਖਬਾਰਾਂ 'ਚ ਨਹੀਂ ਦੇਖਿਆ, ਮੇਰੇ ਖੌਫ ਤੋਂ ਨਹੀਂ ਪਤਾ ਲੱਗ ਰਿਹਾ ਤੈਨੂੰ ਮੈਂ ਕੌਣ ਆ। ਬਦਮਾਸ਼? ਓ ਮੇਰਾ ਨਾਮ ਬਦਮਾਸ਼ ਕਰਲਾ ਤੇ ਮੇਰੀ ਹਸੀਨਾ ਕਰਲੀ ਲਵ ਯੂ, ਕਿਉਂਕਿ ਜਿਹੜੀ ਮੇਰੀ ਗਰਲਫ੍ਰੈਂਡ ਆ ਨਾ ਅਰਮਾਨ ਭਾਜੀ ਇੱਥੋਂ ਖਾਲੀ ਆ ਭਾਜੀ, ਜ਼ਿਆਦਾਤਰ ਇੱਥੋਂ ਖਾਲੀ ਹੁੰਦੀਆਂ ਨਾ। ਅੱਛਾ ਮੰਨਣ ਵੀ ਦੇ ਦਿੰਦੇ ਹੁੰਦੀਆਂ? ਨਹੀਂ ਨਹੀਂ ਮੈਂ ਤਾਂ ਉਹੀ ਕਿਹਾ, ਮੈਂ ਤੁਹਾਨੂੰ ਪੁੱਛਿਆ ਵੀ ਹਾਂਜੀ ਹਾਂ ਮੇਰੇ ਵਾਲੀ ਇੱਥੋਂ ਖਾਲੀ ਆ ਭਾਜੀ, ਇੰਨਾ ਕੁ ਦਿਮਾਗ ਤੋਂ ਖਾਲੀ ਹੈ ਤੈਨੂੰ ਜੀ, ਤੁਹਾਨੂੰ ਕੀ ਦੱਸਿਆ? ਮੈਂ ਬੈਂਕ ਲੁੱਟਣ ਗਏ ਹਾਂ ਅਸੀਂ, ਮੈਂ ਅੰਦਰ ਵੜਿਆ, ਬਾਹਰ ਸਿਕਿਉਰਟੀ ਗਾਰਡ ਵਾਲੇ ਨੂੰ ਕਹਿੰਦੀ ਕਹਿੰਦੀ ਬਾਹਰ ਧਿਆਨ ਰੱਖਿਓ ਅਸੀਂ ਅੰਦਰ ਲੁੱਟਣ ਚੱਲੇ। ਉਹ ਦਿਮਾਗ ਤੋਂ ਕੰਮ ਲਈਦਾ ਹੁੰਦਾ ਉਹੀ ਗੱਲਾਂ। ਮੈਂ ਇੰਨਾ ਤੁਹਾਡਾ ਸਾਥ ਦਿੰਦੀ ਹਾਂ, ਤੁਹਾਨੂੰ ਤਾਂ ਸ਼ਰਮ ਹੀ ਨਹੀਂ ਆਉਂਦੀ ਦੂਸਰੇ ਸਾਹਮਣੇ। ਬਾ ਸ਼ਰਮ ਨਹੀਂ ਆਉਂਦੀ, ਮੈਂ ਕੱਪੜਾ ਰੱਖ ਕੇ ਚੱਲਣ ਲੱਗ ਪਵਾਂ ਤੇਰੇ ਤੋਂ ਸ਼ਰਮ ਕਰਾਂ ਇਹਨੂੰ? ਮੈਂ ਤੁਹਾਡੇ ਬਾਰੇ ਵੀ ਇਹਨਾਂ ਨੂੰ ਦੱਸਦਾ ਕੁਛ? ਹਾਂ ਦੱਸ ਦੱਸ। ਮੈਂ ਇੱਥੇ ਬਹਿ ਜਾਂਦੀ ਹਾਂ ਬਸ, ਜੜਾਂ 'ਚ ਨਾ ਬਹਿ ਜਾਈਂ, ਜਿੱਥੇ ਮਰਜ਼ੀ ਬਹਿ, ਜੜਾਂ 'ਚ ਨਾ ਬਹਿ ਜਾਈਂ ਕਿਸੇ ਦੀ। ਅੱਛਾ ਦੇਖੋ, ਮੈਂ ਨਾ ਜਦੋਂ ਇਹਨਾਂ ਨੂੰ ਪਸੰਦ ਕੀਤਾ ਸੀ ਤਾਂ ਮੈਂ ਸੋਚਿਆ ਸੀਗਾ ਵੀ ਇਹ ਮੁੰਡਾ ਨਾ ਕਿਸੇ ਦਾ ਸਿਰ ਸੁਰ ਪਾੜੂਗਾ, ਹੈ ਨਾ, ਅਤੇ ਮੈਂ ਇਹਨੂੰ ਕਹੂੰਗੀ ਵੀ ਸੋਹਣਿਆ ਤੂੰ ਤਾਂ ਸਿਰਾ ਹੀ ਲਾ ਛੱਡਿਆ ਬਸ, ਇਹਨੇ ਸਿਰਾ 'ਤੇ ਕੀ ਲਾਉਣਾ ਸੀ, ਇਹਨੂੰ ਤਾਂ ਦਰਵਾਜ਼ੇ ਦੀ ਕੁੰਡੀ ਨਹੀਂ ਲਾਉਣੀ ਆਉਂਦੀ। ਬਹੁਤ ਅੱਛੇ ਸੁੱਖ ਸੰਗੇੜਾ ਭਾਈ, ਤੁਸੀਂ ਸਮਝਦਾਰ ਹੋ, ਆਪ ਸਿਆਣੇ ਹੋ, ਮੈਨੂੰ ਇੱਕ ਚੀਜ਼ ਦੱਸੋ। ਦੇਖੋ ਕੁੰਡੀ ਲਾਉਣ ਲਈ ਇਹਨੇ ਗੱਲ ਕੀਤੀ ਕਿ ਕੁੰਡੀ ਲਾਉਣੀ ਚਾਹੀਦੀ ਹੈ, ਕੁੰਡੀ ਲਈ ਕਮਰਾ ਚਾਹੀਦਾ, ਨਹੀਂ ਸੌਰੀ ਦਰਵਾਜ਼ਾ ਚਾਹੀਦਾ, ਦਰਵਾਜ਼ੇ ਲਈ ਕਮਰਾ ਚਾਹੀਦਾ, ਕਮਰੇ ਲਈ ਘਰ ਚਾਹੀਦਾ, ਘਰ ਲਈ ਪਲਾਟ ਚਾਹੀਦਾ, ਤੇ ਪਲਾਟ ਲਈ ਪੈਸੇ ਚਾਹੀਦੇ, ਤੇ ਕੁੱਲ ਮਿਲਾ ਕੇ ਭਾਜੀ ਇਹਨਾਂ ਕੋਲ ਚੀਜ਼ਾਂ 'ਚ ਸਾਡੇ ਕੋਲ ਕੱਖ ਵੀ ਨਹੀਂ। ਤੇ ਮੈਂ ਕਹਿੰਦਾ ਉਸ ਦਰਵਾਜ਼ੇ ਨੂੰ ਕੁੰਡੀ ਲਾਉਣ ਨਾਲੋਂ ਇਹਦੇ ਮੂੰਹ ਨੂੰ ਨਾ ਕੁੰਡੀ ਲਾ ਦਈਏ, ਤੁਸੀਂ ਸਿਰਫ ਸਾਨੂੰ ਦੱਸੋ ਵੱਡੀ ਲਾਈਏ ਕਿ ਛੋਟੀ? ਕਮਰਾ ਹੀ ਮੇਰਾ ਲੈ ਲਿਓ ਜੀ, ਹੈਂ ਜੋ ਵੀ ਕਰਨਾ ਕਰ ਲਿਓ। ਨਹੀਂ ਉਹ ਵੀ ਕੀ ਕਰਨਾ ਭਾਜੀ, ਇਹਦਾ ਮੂੰਹ ਦੇਖ ਕੇ ਤਾਂ ਮੇਰਾ ਕਿਸੇ ਨੂੰ ਨਮਸਤੇ ਕਰਨ ਨੂੰ ਨਹੀਂ ਜੀ ਕਰਨ ਡਿਆ, ਕੀ ਕਰਨਾ ਮੈਂ? ਓ ਹੈਲੋ, ਉਹ ਮੇਰੀ ਬਦਮਾਸ਼ੀ ਦੀਆਂ ਗੱਲਾਂ ਭੁੱਲ ਗਿਆ? ਆ ਦੇਖੋ ਇਹਦਾ ਟੈਲੈਂਟ ਸੁਣ ਲਓ, ਬੜੀ ਟੈਲੈਂਟਡ ਕੁੜੀ, ਬਹੁਤ ਟੈਲੈਂਟਡ ਕੁੜੀ ਹੈ ਜੀ। ਮੈਂ ਨਾ ਜਦੋਂ ਪਤਾ ਪਹਿਲਾਂ ਬਦਮਾਸ਼ੀ ਕਰਦੀ ਹੁੰਦੀ ਸੀ ਤੇ ਬੱਸ ਦੇ ਵਿੱਚੋਂ ਐ ਲੰਮ ਕੇ ਨਾ ਉਹ ਢਾਬੇ ਦੇ ਵਿੱਚੋਂ ਐ ਕਰਕੇ ਜੱਗ ਲਪਕ ਲੈਂਦੀ ਹੁੰਦੀ ਸੀ। ਬਦਮਾਸ਼ੀ ਵੇਖੋ, ਬੱਸ ਨਾਲ ਲੰਮ ਕੇ ਜੱਗ ਚੱਕ ਲਿਆ ਉਹ ਬਦਮਾਸ਼ੀ ਦੇ ਕਿਸੇ ਸਾਡੇ ਵੱਡੇ ਨੇ ਭਾਜੀ। ਆਹ ਭਾਜੀ ਵੈਸੇ ਮੈਂ ਇਹਨੂੰ ਇਸ਼ਕ ਬਹੁਤ ਕਰਦਾ, ਪਿਆਰ ਬਹੁਤ ਕਰਦਾ, ਬਸ ਇਹਦੀਆਂ ਇਹੋ ਜਿਹੀਆਂ ਹਰਕਤਾਂ ਕਰਕੇ ਨਾ ਥੋੜ੍ਹਾ ਜਿਹਾ ਮੈਨੂੰ ਇਹ ਤਾਂ ਗੁੱਸਾ ਬਹੁਤ ਆਉਂਦਾ। ਮੈਂ ਤਾਂ ਭਾਜੀ ਇੱਕ ਵਾਰੀ ਇਹਦੇ ਲਈ ਲਵ ਲੈਟਰ ਲਿਖਿਆ, ਉਹ ਵੀ ਖੂਨ ਨਾ, ਅਰਮਾਨ ਭਾਜੀ ਅੰਦਰ ਦੀ ਗੱਲ ਆ, ਖੂਨ ਬੱਕਰੇ ਦਾ ਹੀ, ਬਾਹਰ ਨਹੀਂ ਦੱਸਣਾ। ਪਰ ਇਹ ਐਡੀ ਤੇਜ਼ ਹੈ ਨਾ ਭਾਜੀ, ਇਹਨੂੰ ਲੈਟਰ ਪਹੁੰਚਿਆ ਇਹਨੇ ਸੂੰ ਕੇ ਨਾਲ ਹੀ ਦੇਖ ਲਿਆ ਕਿ ਜੇ ਇਹ ਤਾਂ ਬੱਕਰੇ ਦਾ। ਯਕੀਨ ਮੰਨਿਓ ਭਾਜੀ, ਮੈਨੂੰ ਤਾਂ ਬੱਕਰੇ ਨੂੰ ਇਕੱਠੇ ਚਪੇੜਾਂ ਪਈਆਂ। ਇਹ ਬੱਕਰਾ ਜਿੰਦਾ ਸੀ ਮੇਰਾ? ਉਹ ਭਰਾਵਾ ਜਦੋਂ ਤੱਕ ਇਹ ਆਈ ਮੈਂ ਬੱਕਰਾ ਖਾ ਚੁੱਕਿਆ ਸੀ, ਉਹਨੇ ਢਿੱਡ 'ਚ ਬੈਠੇ ਦਿਨ ਚਪੇੜਾ ਖਾਧੀਆਂ ਭਾਜੀ, ਤੈਨੂੰ ਕੀ ਦੱਸਾਂ। ਅੱਛਾ ਚਪੇੜਾ ਵਾਲੀ, ਪਰ ਦੇਖੋ ਜੇ ਤੁਹਾਡੀਆਂ ਗੱਲਾਂ ਨੇ ਨਾ, ਮੈਨੂੰ ਲੱਗਦਾ ਤੁਹਾਡੀ ਨਿਭਣੀ ਨਹੀਂ ਬਹੁਤਾ ਟਾਈਮ। ਅੱਛਾ ਨਿਭਣੀ? ਕਿਉਂ ਸੁੱਖ ਸੰਗੜਾ ਭਾਈ, ਤੁਸੀਂ ਸਾਨੂੰ ਕੁਝ ਟਿਪਸ ਦਿਓ ਨਾ ਯਾਰ, ਅਗਲੀ ਤੁਹਾਡੀ ਮੁੰਡਾ ਕੋਈ ਖਰੜ ਦਾ ਮੁੰਡਾ ਬਲੌਂਗੀ ਦਾ ਕੁਝ ਬਣਾਉਣ ਦਾ ਮਨ ਹੋਵੇ ਤੇ ਇੱਧਰ ਆ। ਮੁੰਡਾ ਬਲੌਂਗੀ ਦਾ? ਹੀਰੋ ਹੀਰੋਇਨ ਕੈਸੇ ਲੱਗ ਰਹੇ ਆ ਤੁਹਾਨੂੰ? ਮੈਂ ਚੈੱਕ ਬਹੁਤ ਘੈਂਟ ਦਾ ਡੋਲਾ ਨਹੀਂ ਚੈੱਕ ਕੀਤਾ, ਇੱਧਰ ਡੋਲਾ ਚੈੱਕ ਕਰੇ ਯਾਰ। ਮੈਂ ਇੱਧਰ ਵਾਲਾ ਵੀ ਚੈੱਕ ਕਰਾਉਣਾ ਸੀ, ਉਹ ਜ਼ਰਾ ਮੈਂ ਫਰਿੱਜ 'ਚ ਰੱਖਿਆ, ਮੈਂ ਕਿਹਾ ਕੀ ਕਰਨਾ ਉੱਥੇ ਸ਼ੂਟਿੰਗ ਆ, ਲੋੜ ਹੀ ਨਹੀਂ ਪੈਣੀ। ਅੱਛਾ ਤੇ ਤੁਸੀਂ ਇਹਦਾ ਮੂੰਹ ਦੇਖੋ ਤੇ ਮੈਨੂੰ ਦਿਲ ਤੇ ਹੱਥ ਰੱਖ ਕੇ ਸਹੁੰ ਖਾ ਕੇ ਦੱਸਿਓ ਕਿ ਦੇਖਣ ਦਾ ਜੀ ਕਰਦਾ। ਉਹ ਇਹਦਾ ਤਾਂ ਮੂੰਹ ਦੇਖਣ ਦਾ ਵੀ ਨਹੀਂ ਮੇਰਾ, ਮੈਂ ਆਮ ਬੰਦਾ ਨਹੀਂ ਭਾਜੀ, ਮੈਂ ਤਾਂ ਬਣਾਉਣ ਵੀ ਬੁਲਟ ਪਰੂਫ ਪਾਈ ਹੈ। ਨਹੀਂ ਪਰ ਇਹ ਜੋੜੀ ਬਣੀ ਕਿਵੇਂ? ਮਤਲਬ ਹਾਂ ਜਦੋਂ ਮੇਰੀਆਂ ਇਹਦੀਆਂ ਨਾਲ ਅੱਖਾਂ ਲੜੀਆਂ ਨਾ ਪਹਿਲੀ ਵਾਰ, ਮੈਨੂੰ ਪਤਾ ਲੱਗਾ ਕੁੜੀ ਜ਼ਰੂਰਤਮੰਦ ਆ। ਮੈਂ ਕਿਹਾ ਇਹਨੂੰ ਸੈੱਟ ਕਰ ਲਓ, ਨਹੀਂ ਤਾਂ ਇਹਨੂੰ ਤਾਂ ਕੋਈ ਡਰਦਾ ਪ੍ਰਪੋਜ਼ ਨਹੀਂ ਮਾਰਦਾ, ਜੇ ਮੰਨ ਗਈ ਤਾਂ ਕਿੱਧਰ ਜਾਵਾਂਗੇ। ਨਹੀਂ ਜੀ, ਇਹ ਜਦੋਂ ਮੈਂ ਜੱਗ ਚੁੱਕਿਆ ਸੀ ਨਾ, ਇਹਨੇ ਪਹਿਲੇ ਜੱਗ ਵੱਲ ਦੇਖਿਆ, ਫਿਰ ਮੈਂ ਇਹਦੇ ਵੱਲ ਦੇਖਿਆ, ਫਿਰ ਮੈਂ ਜੱਗ ਵੱਲ ਦੇਖਿਆ, ਫਿਰ ਮੈਂ ਇਹਦੇ ਵੱਲ ਦੇਖਿਆ, ਉਹਦੇ 'ਚ ਨਾ ਐਂ ਕਰਕੇ ਮੂੰਹ ਜਿਹਾ ਬਣਿਆ ਹੋਇਆ ਸੀ, ਫਿਰ ਮੈਨੂੰ ਲੱਗਾ ਕਿ ਇਹਦਾ ਮੂੰਹ ਇਹਦੇ ਨਾਲ ਮਿਲਦਾ, ਤੇ ਮੈਂ ਉਂਗਲੀ 'ਚ ਘੁਮਾਇਆ, ਜੱਗ ਘੁੰਮਿਆ ਥਰ ਜੈਸਾ। ਦੇਖਿਆ ਇਸ਼ਕ ਪੂਰਾ ਕਰਦੀ ਸੀ, ਜੱਗ ਘੁੰਮਿਆ ਦੇ ਵਿੱਚ ਕਿੱਦਾਂ ਪਾਉਣ ਲੱਗ ਗਈ ਹੈ। ਉਹ ਮਰਨੀ ਹੈ ਸਲਮਾਨ ਖਾਨ ਦਾ ਗਾਣਾ ਵਾ ਉਹ, ਤੇ ਫਿਰ ਕੀ? ਵੈਸੇ ਅਰਮਾਨ ਭਾਜੀ ਮੈਂ ਤੁਹਾਨੂੰ ਦੱਸਿਆ ਨਾ ਮੇਰਾ ਇਸ਼ਕ ਪੂਰਾ, ਹਾਂਜੀ, ਤੇ ਇਹਦੇ ਲਈ ਵੀ ਮੈਂ ਦੋ ਲੈਣਾ ਜਿਹੜੀਆਂ ਮੈਂ ਕਹਿਣਾ ਚਾਹੂੰਗਾ ਕਿ ਖਾਲੀ ਰੱਖੀ ਹੈ ਜੱਟ ਨੇ ਥਾਂ, ਮੈਂ ਨਹੀਂ ਚਾਹੁੰਦਾ ਕੋਈ ਥਾਂ ਭਰ ਦੇਵੇ, ਇੰਨੀ ਔਖੀ ਕਿਉਂ ਹੁੰਦੀ ਹੈ, ਦਿਲ ਨਹੀਂ ਦੇਣਾ ਤੇ ਨਾ ਕਰਦੇ। ਨਹੀਂ ਬਣੀ ਨਾ ਗੱਲ, ਤੇ ਆਪਾਂ ਇੱਧਰ ਚਿਪਕਾ ਦਿੰਦੇ ਚਾਰ ਲੈਣਾ, ਕਿਹੜੀ ਗੱਲ ਹੈ, ਇਹ ਚਾਰ ਲੈਣਾ ਤੁਹਾਡੇ ਲਈ ਵੀ ਲਿਖੀਆਂ ਜੀ, ਆਣਦੇ ਆ ਜੀ। ਹਾਂਜੀ, ਇਹ ਦੇਖੋ ਚਾਰ ਲੈਣਾ। ਤੇਰਾ ਸੋਹਣਾ ਮੁਖੜਾ ਦੇਖੇ ਬਿਨਾ, ਤੇਰਾ ਸੋਹਣਾ ਮੁਖੜਾ ਦੇਖੇ ਬਿਨਾ ਮੇਰਾ ਇੱਕ ਪਲ ਨੀ ਸਰਦਾ, ਚੱਕਵੇਂ ਜੇ ਸੂਟ ਵਾਲੀਏ ਤੇਰੇ ਨਾਲ ਨੱਚਣ ਨੂੰ ਜੀ। ਪਹਿਲੀ ਵਾਰੀ ਆਇਆ ਇਹ ਇੰਨਾ ਹੱਸਦੀ ਨਾ, ਜਿਸ ਦਿਨ ਜੰਮੀ ਡਾਕਟਰ ਨੂੰ ਕਹਿੰਦੀ ਹਾਏ ਤੁਸੀਂ ਪੈਦਾ ਕੀਤਾ ਮੈਨੂੰ।
ਨਾ ਕਰਿਆ ਕਰ ਇਹੋ ਜਿਹੀਆਂ ਗੱਲਾਂ ਉਹ ਟੋਪੀ ਬਣਾਓ ਬਸ ਇਹ ਅੱਗੇ ਵੀ ਪਾਉਣੀ ਹੈ ਨਾ ਟੋਪੀ ਕਿਸੇ ਨੂੰ ਨਾ ਰੱਖੀ ਨਾਲ ਅਰਮਾਨ ਜੀ ਮੈਂ ਨਾ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀਗੀ ਕਿ ਲੈ ਬੇਦਿਲੇ ਨਹੀਂ ਦਿਲ ਦੇ ਨਾਲ ਤੁਸੀਂ ਵਧੀਆ ਸੀ ਇੱਕ ਗਾਣਾ ਮੇਰੇ ਨੂੰ ਆਏ ਦਿਲ ਉਹਨਾਂ ਦੀ ਬੇਇੱਜ਼ਤੀ ਆਣ ਡਈ ਇਹ ਕਰਦੇ ਨੂੰ ਮਾਲਕੋ ਸੁਣੋ ਏਦਾਂ ਨਾ ਕਰੋ ਧੱਕੇ ਨਾਲ ਦਿਲ ਤੇ ਨਾ ਕਬਜ਼ਾ ਕਰੋ ਕਿਊਟਨੈਸ ਚ ਨੰਬਰ ਦੇਵਾਂ 100 ਇੱਕ ਨੀ ਗੱਲਾਂ ਦੇ ਵਿੱਚ ਡਿੰਪਲ ਨੇ 2 ਹੋ ਮਾਲਕੋ ਸੁਣੋ ਹਾਂ ਮਾਲਕੋ ਸੁਣੋ ਕਿਆ ਬਾਤ ਹੈ ਕਮਾਲ ਕਮਾਲ ਜੀ ਵਾਸ ਥੈਂਕ ਯੂ ਥੈਂਕ ਯੂ ਕਮਾਲ ਦਾ ਸਵਾਲ ਕੀਤਾ ਤੁਸੀਂ ਮੇਰੀ ਗਰਲਫ੍ਰੈਂਡ ਦੇ ਨਾਲ ਤੇ ਫਿਰ ਤੈਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਕਿ ਮਾਲਕੋ ਸੁਣੋ ਐਦਾਂ ਨਾ ਕਰੋ ਇੱਧਰ ਨੂੰ ਚਲੋ ਚਲੋ ਕੇ ਚਲੋ ਜੀ ਚਲੋ ਤੂੰ ਮਾਲਕ ਚਲੋ ਜੀ 3 ਮਹੀਨੇ ਦਾ ਕਿਰਾਇਆ ਦੇਣ ਵਾਲਾ ਤੇ ਤੂੰ ਮਾਲਕ ਬਣੀ ਓਕੇ ਓ ਚੱਲ ਜੀ ਐਸੀ ਅਜੇ ਪਰਸ ਵੀ ਲੁੱਟਨੇ ਚੱਲ ਥੈਂਕ ਯੂ ਤੈਨੂੰ ਤੁਹਾਡਾ ਬਰਥ ਉੱਧਰ ਹੋਇਆ ਨਾ ਕੈਨੇਡਾ ਹੁਣ ਜਿਵੇਂ ਤੁਸੀਂ ਪੰਜਾਬ ਆਉਂਦੇ ਹੋ ਹਾਏ ਮੇਰਾ ਦਿਲ ਅਰਮਾਨ ਬੇਦਿਲ ਹਾਏ ਮੇਰਾ ਦਿਲ ਅਰਮਾਨ ਬੇਦਿਲ ਯੇ ਮੈਂ ਕਿਹਾ ਚੱਲ ਮੇਰੇ ਨਾਲ ਤੈਨੂੰ ਗਰੇਵਾਲ ਅਰੇ ਵਾਹ ਚੱਲ ਮੇਰੇ ਨਾਲ ਤੈਨੂੰ ਗਰੇਵਾਲ ਦੇ ਦੇ ਗੇੜਾ ਸਤਸੰਗ ਗੇੜਾ ਦੇ ਦੇ ਗੇੜਾ ਸਤਸੰਗ ਗੇੜਾ ਕਿੱਧਰ ਮੂੰਹ ਚੱਕਿਆ ਜੀ ਚੱਕ ਮੇਰੀ ਕੋਠੀ ਵੇ ਖੇਤਾਂ ਦੇ ਵਿੱਚ ਪਈ ਓਏ ਹੋਏ ਚੱਕ ਦੀ ਕੋਠੀ ਵੇ ਖੇਤਾਂ ਦੇ ਵਿੱਚ ਪਈਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਵਨੀਤ ਵੀਰੇ ਸਤਿ ਸ਼੍ਰੀ ਅਕਾਲ ਅਰਮਾਨ ਵੀਰੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਕਦੀ ਅਸੀਂ ਕਦੀ ਮਿਲੇ ਹੀ ਨਹੀਂ ਮੈਂ ਕਿਹਾ ਸੁਖ ਸੰਗੜਾ ਭਾਜੀ ਸਤਿ ਸ਼੍ਰੀ ਅਕਾਲ ਵੈਸੇ ਰਵਨੀਤ ਵੀਰੇ ਸੁਖ ਭਾਜੀ ਨਾਲ ਤੇ ਇੰਨਾ ਪਿਆਰ ਪੁਰਾਣੀ ਮੁਹੱਬਤ ਇੰਨਾ ਅਸੀਂ ਕੰਮ ਕੀਤਾ ਨਾ ਇਕੱਠਿਆਂ ਸੁਖ ਭਾਜੀ ਨਾਲ ਉਹ ਬਹੁਤ ਜ਼ਿਆਦਾ ਕੰਮ ਬਹੁਤ ਕੰਮ ਕੀਤਾ ਮੈਂ ਇਹਨਾਂ ਦੇ ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਵਿੱਚ ਇੱਕ ਸ਼ਾਇਦ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਸੁਖ ਸੰਗੇੜਾ ਹਾਂਜੀ 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 ਮਤਲਬ ਮਤਲਬ ਮੈਂ ਪੁੱਛਦਾ ਉਹ ਕੌਣ ਗਾਉਂਦਾ ਭਾਜੀ ਮੈਨੂੰ ਰੱਖ ਲਓ ਭਾਜੀ ਉਹਦੀ ਜਗ੍ਹਾ ਤੇ ਭਾਜੀ ਮੈਂ ਬਹੁਤ ਸੋਹਣਾ ਗਾ ਲਿਆ ਕਰੂੰਗਾ ਕੁਛ ਉਹ ਦੀਪ ਵੀਰੇ ਨੇ ਦੀਪ ਜੰਡੂ ਵੀਰੇ ਨੇ ਉਹਨਾਂ ਨੇ ਗਾਇਆ ਹੋਇਆ ਤੇ ਮੈਂ ਇੱਕ ਹੋਰ ਐਡ ਗੱਲ ਕਰਨਾ ਚਾਹੁੰਦਾ ਕਿ ਮੇਰੀ ਲਾਈਫ ਵਿੱਚ ਜਿਵੇਂ ਇਹ ਟੈਗ ਲਾਈਨ ਮੈਨੂੰ ਮਿਲੀ ਆ ਥੈਂਕ ਯੂ ਦੀਪ ਜੰਡੂ ਵੀਰੇ ਦਾ ਤੇ ਅੱਜ ਵੀ ਇਨਫੈਕਟ ਹੁਣ ਅਸੀਂ ਵੀਡੀਓ ਵੀ ਸੁੱਖ ਨੇ ਬਣਾਈ ਹੈ ਨਾ ਇੱਕ ਟੈਗ ਲਾਈਨ ਭਾਜੀ ਅਸੀਂ ਤੁਹਾਨੂੰ ਦੇ ਕੇ ਜਾਣੀ ਹੈ ਜੀ ਦੇ ਦੇ ਗੇੜਾ ਸਤਸੰਗੇੜਾ ਦੇ ਦੇ ਗੇੜਾ ਸਤਸੰਗੇੜਾ ਦੇ ਦੇ ਗੇੜਾ ਸਤਸੰਗੇੜਾ ਯੈਸ ਦੇ ਹੋ ਗਿਆ ਬਹੁਤ ਵਧੀਆ ਤੁਸੀਂ ਗੀਤ ਗਾਏ ਬਹੁਤ ਬਹੁਤ ਚੰਗਾ ਬੰਨੀ ਪਰ ਤੁਸੀਂ ਆਏ ਕਿੱਧਰ ਮਤਲਬ ਕਿੱਧਰ ਮੂੰਹ ਚੱਕਿਆ ਤੁਹਾਨੂੰ ਦੱਸਿਆ ਕਿਨੇ ਆ ਇੱਕ ਮਿੰਟ ਮੈਂ ਦੱਸਦਾ ਭਾਜੀ ਮੇਰੇ ਵੀਰ ਜੀ ਨੇ ਢੋਲਕੀ ਚੱਕੀ ਹੈ ਮੈਂ ਡੈਰੀ ਚੱਕੀ ਹੈ ਬਾਕੀ ਗੱਲ ਰਹੀ ਮੂੰਹਾਂ ਦੀ ਉਹ ਸਾਡੇ ਸਰੀਰ ਨੇ ਚੱਕਿਆ ਹੋਇਆ ਜੀ ਹਾਏ 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 ਔਰ ਤਨ ਹੈ ਉਹ ਸਰੀਰ ਤਨੂ ਜੀ ਦੇਖੋ ਤੇ ਸਹੀ ਇਹਨਾਂ ਵੱਲ ਤਨ ਹੈ ਉਹ ਸਰੀਰ ਜਿਹਨੇ ਏਡਾ ਵੱਡਾ ਮੂੰਹ ਚੱਕਿਆ ਹੋਇਆ ਇਹ ਥੱਕਦਾ ਨਹੀਂ ਸਰੀਰ ਤੁਹਾਡਾ ਗਲਤ ਗੱਲ ਕਰਤੀ ਨਾ ਫਿਰ ਵੀਰ ਮੈਂ ਕਿਹਾ ਸੀ ਨਾ ਕੋਈ ਏਡਾ ਦੀ ਗੱਲ ਨਹੀਂ ਕਰਨੀ ਅਗਲੀ ਵਾਰ ਮੈਂ ਗਾਣੇ ਦੀ ਜਗ੍ਹਾ ਗਾਣਾ ਲਿਖ ਕੇ ਦੇ ਦੇਣੀ ਆ ਤੂੰ ਆਸ ਕਰਨੀ ਪੇਸ਼ਾ ਕੀ ਹੈ ਬਾਈ ਕੀ ਕਰ ਰਹੇ ਯਾਰ ਪੇਸ਼ਾ ਦੱਸੋ ਆਫਿਸ ਚੱਲੇ ਆ ਲੈਪਟਾਪ ਲੈ ਕੇ ਕੀ ਦਾ ਸਵਾਲ ਉਹ ਸਾਈਕਲ ਫੇਰ ਸੱਟਦਾ ਰਿਕਸ਼ਾ ਹੀ ਡਿੱਗ ਗਿਆ ਇਹਦੇ ਤੇ ਜਾਣਾ ਸੀ ਇਹ ਦੱਸੋ ਕਿਹੜਾ ਸਵਾਲ ਹੋਇਆ ਅਸੀਂ ਬਾਈ ਮਿਊਜ਼ੀਸ਼ੀਅਨ ਆ ਅਸੀਂ ਸਿੰਗਰ ਆ ਲਿਰਿਸਿਸਟ ਸਾਰਾ ਕੁਝ ਆਪ ਅੱਜ ਕੱਲ ਜਿਹਦਾ ਚੱਲਦਾ ਹਾਂਜੀ ਹਾਂਜੀ ਅੱਜ ਕੱਲ ਮਤਲਬ ਦੇਖੋ ਜੀ ਮੈਂ ਆਪਣੇ ਬਾਰੇ ਕੀ ਤਾਰੀਫ ਕਰਾਂ ਅਰਮਾਨ ਭਾਜੀ ਤੁਹਾਨੂੰ ਮੈਮ ਜਿੱਦਾਂ ਮੈਂ ਸਿੰਗਿੰਗ ਕੀਤੀ ਆ ਕਿ ਤੁਹਾਨੂੰ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਸੁਰਾਂ ਦੇ ਬਾਰੇ ਤੁਹਾਨੂੰ ਕੁਝ ਸਮਝ ਲੱਗੀ ਹੋਣੀ ਹੈ ਜਿੱਦਾਂ ਮੈਂ ਆਪਣੇ ਬਾਰੇ ਆਪਣਾ ਨਾਮ ਸੁੱਖ ਭਾਜੀ ਮੈਂ ਦੱਸ ਦਿੰਦਾ ਮੈਂ ਆ ਜੀ ਪਹਿਲਾ ਕਾਲਾ ਪਹਿਲਾ ਕਾਲਾ ਹੀ ਇਜ਼ ਮਾਈ ਬ੍ਰਦਰ ਦੂਜਾ ਚਿੱਟਾ ਨੋ ਫੋਰਥ ਵਾਈਟ ਚੌਥਾ ਚਿੱਟਾ ਹੈ ਜੀ ਐਕਚੁਅਲੀ ਸਾਡੇ ਵਿੱਚ ਹੋਰ ਭਰਾ ਹੈਗੇ ਨਾ ਦੂਜਾ ਕਾਲਾ ਤੀਜਾ ਕਾਲਾ ਇਹ ਕੰਜਰ ਪਤਾ ਨਹੀਂ ਕਿੱਥੋਂ ਚਿੱਟਾ ਨਿਕਲਿਆ ਫਿਰ ਚੌਥਾ ਚਿੱਟਾ ਵੀਰੇ ਹਾਂਜੀ ਉੱਥੋਂ ਦੱਸ ਦਿਓ ਮੈਨੂੰ ਸੁਣਦਾ ਨਹੀਂ ਨਹੀਂ ਸਾਰੇ ਸਾਹਮਣੇ ਦੱਸਣ ਵਾਲੀ ਗੱਲ ਨਹੀਂ ਨਾ ਹੈਗੀ ਹਾਂ ਅਰਮਾਨ ਭਾਜੀ ਬੈਠੇ ਨੇ ਗਾਣਾ ਸੁਣਾ ਕੇ ਤੇ ਵਾਹ ਵਾਹ ਲੈ ਲੈ ਓਏ ਹੋਈ ਯੈਸ ਯਾਰ ਅਰਮਾਨ ਭਾਜੀ ਬੈਠੇ ਨੇ ਸੁਖ ਭਾਜੀ ਬੈਠੇ ਨੇ ਤਨੂ ਜੀ ਬੈਠੇ ਨੇ ਤਨੂ ਜੀ ਕੁਝ ਲਾਈਨਸ ਮੈਂ ਤੁਹਾਡੇ ਵਾਸਤੇ ਕਹਿਣਾ ਚਾਹੂੰਗਾ ਉਧਰ ਆ ਜਾਣਾ ਤੁਹਾਡੇ ਨਜ਼ਦੀਕ ਹੋਵਾਂਗੇ ਨਾ ਜ਼ਰਾ ਸੌਖੀਆਂ ਕਈਆਂ ਜਾਣਗੀਆਂ ਵੀਰੇ ਸਕੇਲ ਜ਼ਰਾ ਨਾ ਰੱਖਿਓ ਮੈਂ ਆਪੇ ਗਾ ਲੈਣਾ
ਫੁੱਲਾਂ ਤੋਂ ਵੀ ਸੋਹਣੀ ਹੈ ਨੀ ਤੇਰੇ ਵਾਸਤੇ ਵਾਹ ਵਾਹ ਫੁੱਲਾਂ ਤੋਂ ਵੀ ਸੋਹਣੀ ਹੈ ਨੀ ਤੇਰੇ ਵਾਸਤੇ ਇੱਕ ਸੈਕਿੰਡ ਸਾਰਿਆਂ ਤੋਂ ਪਹਿਲਾਂ ਫੁੱਲ ਲੈ ਕੇ ਆ ਗਿਆ ਫੁੱਲਾਂ ਤੋਂ ਵੀ ਸੋਹਣੀ ਹੈ ਨੀ ਤੇਰੇ ਵਾਸਤੇ ਸਾਰਿਆਂ ਤੋਂ ਪਹਿਲਾਂ ਫੁੱਲ ਲੈ ਕੇ ਆ ਗਿਆ ਨੂਰਾਣੀ ਤੇਰੀ ਮੈਂ ਪਸੰਦ ਕਰ ਲਈ ਮੰਮੀ ਨੂੰ ਸਵੇਰੇ ਅੱਜ ਕਹਿ ਕੇ ਆ ਗਿਆ ਨੂਰਾਣੀ ਤੇਰੀ ਮੈਂ ਪਸੰਦ ਕਰ ਲਈ ਮੰਮੀ ਨੂੰ ਸਵੇਰੇ ਅੱਜ ਕਹਿ ਕੇ ਆ ਗਿਆ ਇਹਦੇ ਨਾਲ ਹੀ ਅਸੀਂ ਕਹਿਣਾ ਚਾਹਾਂਗੇ ਦੇ ਦੇ ਗੇੜਾ ਆਪਣਾ ਗਾਇਆ ਹੁੰਦਾ ਨਾ ਤੇ ਵਾਹ ਵਾਹ ਨਹੀਂ ਸੀ ਨਿਕਲਣੀ ਉਹਨਾਂ ਦੀਆਂ ਜੁੱਤੀਆਂ ਨਿਕਲ ਜਾਣੀਆਂ ਸੀ ਸੁਣਾ ਦੋ ਕੁਝ ਆਪਣਾ ਕੁਛ ਅਰਮਾਨ ਵੀਰੇ ਛੱਡੋ ਇਹਨਾਂ ਗੱਲਾਂ ਨੂੰ ਇੰਨਾ ਸੋਹਣਾ ਰਵਨੀਤ ਵੀਰੇ ਸਰੀਰ ਬਣਾ ਲਿਆ ਵੀਰੇ ਨੇ ਤੁਹਾਨੂੰ ਪਤਾ ਆਪਾਂ ਮੈਂ ਤੁਹਾਨੂੰ ਬਹੁਤ ਪੁਰਾਣਾ ਜਾਣਦਾ ਔਰ ਹੁਣ ਇਹਨਾਂ ਚ ਕਾਫੀ ਚੇਂਜਸ ਲੁੱਕ ਕੀ ਚੇਂਜਸ ਯਾਰ ਸੋਹਣੇ ਹੋ ਗਏ ਹੁਣ ਸੋਹਣੇ ਸੀਗੇ ਸੋਹਣੇ ਸੀਗੇ ਪਰ ਹੁਣ ਜਿਹੜਾ ਫਿਲਮੀ ਹੀਰੋ ਆਈ ਸੋਹਣੇ ਹੋ ਗਏ ਨਾ ਪਹਿਲਾਂ ਤਾਂ ਇੱਥੋਂ ਵੀ ਸੋਹਣਾ ਵੀਰ ਸਾਡਾ ਹਰ ਜਗ੍ਹਾ ਤੇ ਸੋਹਣਾ ਹੀ ਹੈ ਪਰ ਇੱਕ ਮੈਂ ਗੱਲ ਕਰਨੀ ਸੀ ਜ਼ਰਾ ਪਰਸਨਲ ਜੀ ਨਾ ਜਿੱਦਾਂ ਪੈਸੇ ਮਿਲ ਗਏ ਤੁਹਾਨੂੰ ਪਹੁੰਚ ਗਈ ਸੀ ਅਜੇ ਪਹੁੰਚਣੇ ਆ ਇੱਕ ਗੱਲ ਆ ਸੁਣ ਲਓ ਗੱਲ ਇਹ ਸੁੱਖ ਭਾਜੀ ਕਿ ਦੇਖੋ ਮਾਹੌਲ ਬਣਿਆ ਹੋਇਆ ਤੁਸੀਂ ਮੈਨੂੰ ਸੁਣ ਵੀ ਲਿਆ ਹੈ ਜਿੱਦਾਂ ਭਾਜੀ ਮੇਰਾ ਗਾਣਾ ਕਢਵਾ ਦਿਓ ਵੇਲੋ ਬਿਲਕੁਲ ਬਿਲਕੁਲ ਤੁਸੀਂ ਬਹੁਤ ਸੋਹਣਾ ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀ ਬਹੁਤ ਸੋਹਣਾ ਗਾਉਣਾ ਵੀਡੀਓ ਸੁੱਖ ਭਾਈ ਬਣਾਊਗਾ ਹਾਂ ਵੀਡੀਓ ਇੱਧਰ ਬਣ ਗਈ ਮਾਡਲ ਵੀ ਬੈਠੇ ਹੋਏ ਮੈਂ ਕਿਉਂ ਤੁਹਾਨੂੰ ਗਾਣਾ ਹੈਗਾ ਕੋਈ ਗਾਣਾ ਹੈ ਨਹੀਂ ਭਾਜੀ ਮੇਰੇ ਕੋਈ ਵੀ ਦੇ ਦਿਓ ਮੈਂ ਗਾਣਾ ਲਿਖੂ ਵੀਰਾ ਆਪਾਂ ਕਰਦੇ ਹਾਂ ਭਾਜੀ ਇਹ ਤਾਂ ਲਿਖਿਆ ਤੇ ਮੈਂ ਗਾ ਲਿਆ ਸਮਝੋ ਤੇ ਫਿਰ ਮੈਂ ਕਿੱਥੇ ਮੈਂ ਦੇਖੋ ਐਡੇ ਵੱਡੇ ਨਾਮ ਜੁੜ ਰਹੇ ਹੁਣ ਭਾਜੀ ਪੈਸੇ ਦੀ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਜਿੰਨਾ ਮਰਜ਼ੀ ਲਾਓ ਮਤਲਬ ਕੋਈ ਟੈਨਸ਼ਨ ਨਹੀਂ ਦੇਣੀ ਨਹੀਂ ਮਤਲਬ ਹਾਂ ਜਿੰਨਾ ਮਰਜ਼ੀ ਲਾ ਦੇਣ ਆਪਾਂ ਨੂੰ ਥੋੜੀ ਟੈਨਸ਼ਨ ਸੋ ਭਾਜੀ ਭਾਜੀ ਗੱਲ ਪਤਾ ਕੀ ਹੈ ਇਹ ਮੇਰਾ ਭਰਾ ਨਾ ਟੈਲੈਂਟਡ ਬੜਾ ਹਾਂਜੀ ਤੁਸੀਂ ਪੈਸਾ ਲਾ ਦਿਓ ਨਹੀਂ ਤਾਂ ਇਹਨੇ ਮੂੰਹ ਚੋਂ ਝੱਗ ਕੱਢ ਲੈਣੀ ਹੈ ਤੇ ਤੁਹਾਡੇ ਤੇ ਇਲਜ਼ਾਮ ਪਾ ਦੇਣਾ ਕਿ ਇਹਨਾਂ ਨੇ ਮੇਰਾ ਗਾਣਾ ਨਹੀਂ ਕੱਢਿਆ ਤਾਂ ਮੈਂ ਦਵਾਈ ਖਾ ਲਿਆ ਦੇ ਬਈ ਕਰਾਂਗੇ ਆਪਾਂ ਪੱਕਾ ਇੱਕ ਮਿੰਟ ਇੱਕ ਮਿੰਟ ਲਾ ਦਿੰਨੇ ਉਹ ਟੋਟ ਦੋ ਵਾਰ ਸੈੱਟ ਤੋਂ ਅੱਗੇ ਤੋੜਿਆ ਉਧਰ ਨੂੰ ਟੂਟੀ ਲਵਾ ਕੇ ਪਾਣੀ ਭਰ ਲੋ ਫਿਰ ਓਕੇ ਯਾਰ ਗੁੱਸਾ ਕਿਉਂ ਕਰਦਾ ਯਾਰ ਆਪਾਂ ਇੱਥੇ ਆਪਾਂ ਪਿਆਰ ਮੁਹੱਬਤ ਦੀ ਗੱਲ ਕਰਨ ਆਏ ਇੱਥੇ ਕੀ ਆਪਾਂ ਗੱਲ ਚੱਲਦੀ ਆ ਯਾਰ ਇੱਕ ਮਿੰਟ ਪਲੀਜ਼ ਯਾਰ ਭਾਜੀ ਮੈਂ ਨਾ ਬਹਿਣਾ ਨਹੀਂ ਖੜੇ ਹੋਏ ਬਾਈ ਨੂੰ ਸੁਣਦਾ ਯਾਰ ਰਿਕੁਐਸਟ ਤਰਲਾ ਵੀ ਮਾਰਨਾ ਹੁੰਦਾ ਨਾ ਉਹ ਬਹਿ ਕੇ ਵੱਜਦਾ ਇੱਧਰ ਆ ਜਾਓ ਇੱਧਰ ਵੱਡਾ ਖਲਾ ਪਤਾ ਕੀ ਇੱਧਰ ਜ਼ਿਆਦਾ ਟੁੱਟ ਜਾਣਾ ਫਿਰ ਇੱਧਰ ਤਰਲਾ ਮਾਰ ਲਓ ਇੱਥੇ ਜ਼ਿਆਦਾ ਟੁੱਟਿਆ ਹੋਇਆ ਭਾਜੀ ਕੋਈ ਨਹੀਂ ਅੱਛਾ ਇਹਦਾ ਬੈਠਾ ਵੀ ਬਹੁਤ ਪੈੜਾ ਲੱਗਦਾ ਚਲ ਕੋਈ ਨਹੀਂ ਗੱਲ ਕਰਦੇ ਵੀਰੇ ਤੇਰਾ ਮੈਂ ਗੇੜਾ ਦੇਣਾ ਬਾਹਰ ਮੈਂ ਤੁਹਾਨੂੰ ਦੱਸਾਂ ਜੇ ਆਪਾਂ ਕਿਸੇ ਨੂੰ ਇੰਪ੍ਰੈਸ ਕਰਨਾ ਹੋਵੇ ਡਾਇਰੈਕਟਰ ਨੂੰ ਪ੍ਰੋਡਿਊਸਰ ਨੂੰ ਤੇ ਮਤਲਬ ਕੀ ਕਿੱਦਾਂ ਕਰ ਸਕਦੇ ਹਾਂ ਕੋਈ ਟ੍ਰਿਕ ਦੱਸੋ ਮੈਨੂੰ ਮੈਨੂੰ ਪਤਾ ਨਹੀਂ ਗਾ ਜੀ ਤੁਸੀਂ ਵੀ ਬਹੁਤ ਸੋਹਣੇ ਆ ਭਾਜੀ ਬਹੁਤ ਟੈਲੈਂਟਡ ਤੁਸੀਂ ਕਰੋ ਤਿਆਰੀ ਮੇਰਾ ਤੇ ਹੁਣ ਗਾਣਾ ਆਊਗਾ ਤੇ ਮੈਂ ਆਉਂਦਾ ਨਾ ਫਿਰ ਨਹੀਂ ਮੈਂ ਚੱਲ ਰਿਹਾ ਇਹਦਾ ਕਿਸਾਨ ਵੀ ਬੜਾ ਥੈਂਕ ਯੂ ਕੋਈ ਗੱਲ ਨੀ ਐਲੋ ਜੀ ਅਸੀਂ ਚੱਲੇ ਜਰਾ ਆਪਣਾ ਬਿਜ਼ਨਸ ਤੇ ਕਿੱਥੇ ਚੱਲੇ ਅਸੀਂ ਸਾਰੀ ਦੁਨੀਆਂ ਨੂੰ ਤੈਨੂੰ ਜੀ ਬਸ ਇਹੀ ਕਹਿਣਾ ਹੈ ਕੀ ਕਹਿਣਾ ਹੈ ਦੇ ਦੇ ਗੇੜਾ ਰਵਨੀਤ ਵੀਰੇ ਮਿਲਦੇ ਹਾਂ ਜੀ ਆਪਾਂ ਫਿਰ ਓਕੇ ਤੈਨੂੰ ਤੁਸੀਂ ਬੋਰਨ ਐਂਡ ਬ੍ਰੋਟ ਅਪ ਕਿੱਥੋਂ ਦੇ ਜੀ ਕੈਨੇਡਾ ਦੇ ਹਾਂਜੀ ਕੈਨੇਡਾ ਦੇ ਅੱਛਾ ਅੱਛਾ ਜੰਮੇ ਵੀ ਉੱਥੇ ਹਾਂਜੀ ਤੇ ਉਹ ਪਿਛੋਕੜ ਤੁਹਾਡਾ ਪਿੰਡ ਕੇ
अगली जनरेशन है घट बोलती है या ओना मतलब घरे भी अंग्रेजी चलती रही है मेरिया भतीजियां वा ओ ना शाबा कहिंदियां क्योंकि शाबा हां 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 कोंड कहिंदियां नहाउण वाले नू छुट्टी आंदियां क्योंकि मेरी भूआ तन्नू शाबा की हुंदा भला एक मिनट सेंटेंस विच यूज करो फिर मैं दस दूंगी नीली शाबा हुंदा शाबा तां फिर दस पता ही लग जाणा फिर पता लग जाऊगा शाबा हुंदा की है शाबा चक के लई हां नहीं शाबे च रोटियां पईयां अच्छा अच्छा करती गल ओ जेड़े आपा गर्म नहीं हुंदा हां जी हां जी हां जी हां जी जेड़ा केस हुंदा हां जी हां जी जिवें आपा कहंदे रोटी गर्म करके रोटी वाला डब्बा इंडिया पंजाब विच लकड़ी दी हुंदी सी ओ विच शाबा हुंदा सीगा ते ओ क्योंकि मेरी भूआ बहुत ठेठ आ ते ओ हुण जवाक आ जेड़े न्याणे रहंदे दादे दादियां कोले आ ते उत्थे ओ गंडा गठ्ठा हैना हां जी ते असीं बहुत हैरान हुंदे हां जी ਨਹੀਂ ਪਰ ਵਧੀਆ ਗੱਲ ਹੈ ਵਧੀਆ ਹਾਂਜੀ ਫੈਮਲੀ ਫੈਮਲੀ ਸਿਖਾਉਂਦੀ ਹੁੰਦੀ ਹੈ ਪੰਜਾਬੀ ਹੁਣ ਲਾਈਕ ਫੈਮਲੀ ਨੇ ਹਮੇਸ਼ਾ ਕਿਹਾ ਵੀ ਘਰੇ ਪੰਜਾਬੀ ਬੋਲਣੀ ਆ ਬਾਹਰ ਤੁਸੀਂ ਇੰਗਲਿਸ਼ ਸਿੱਖੀ ਲੈਣੀ ਆ ਅਤੇ ਦਾਦੀ ਮਾਂ ਵੀ ਸਾਡੇ ਨਾਲ ਰਹਿੰਦੇ ਹੁੰਦੇ ਸੀਗੇ ਛੋਟੇ ਹੁੰਦੇ ਨੂੰ ਸੋ ਘਰੇ ਇੰਨੀ ਪੰਜਾਬੀ ਸੁਣਨ ਨੂੰ ਮਿਲਦੀ ਸੀ ਅਤੇ ਇੱਦਾਂ ਹੀ ਬਸ ਸਿੱਖ ਲਈ ਬਟ ਆਈ ਥਿੰਕ ਜੇ ਤੁਸੀਂ ਪੰਜਾਬੀ ਤੁਹਾਨੂੰ ਆਉਣੀ ਚਾਹੀਦੀ ਹੈ ਸੋ ਜਦੋਂ ਕੋਈ ਸਰਪ੍ਰਾਈਜ਼ ਹੁੰਦਾ ਉਹ ਤੈਨੂੰ ਕਿੰਨੀ ਵਧੀਆ ਪੰਜਾਬੀ ਆਉਂਦੀ ਹੈ ਇਹ ਤਾਂ ਆਉਣੀ ਚਾਹੀਦੀ ਹੈ ਨਾ ਜਿੰਦਾ ਰੱਖਣਾ ਜੀ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਮਿਊਜ਼ਿਕ ਵੀਡੀਓ ਜਦੋਂ ਪਹਿਲਾ ਮਿਊਜ਼ਿਕ ਵੀਡੀਓ ਕੀਤਾ ਹਾਂਜੀ ਉਦੋਂ ਤੁਹਾਡੇ ਮਤਲਬ ਕਿਹੜਾ ਸੀਗਾ ਜੀ ਉਹ ਪਹਿਲਾ ਰਿਮ ਵਰਸਸ ਚਾਂਜਰ ਓਕੇ ਹਾਂਜੀ ਤੇ ਉਸ ਤੋਂ ਪਹਿਲਾਂ ਨਹੀਂ ਸੀ ਤੁਸੀਂ ਕੋਈ ਮਿਊਜ਼ਿਕ ਵੀਡੀਓ ਕੀਤੀ ਬਹੁਤ ਵਧੀਆ ਉਦੋਂ ਤੁਹਾਨੂੰ ਪਤਾ ਸੀਗਾ ਵੀ ਫਿਲਮਾਂ 'ਚ ਜਾਊਂਗੀ ਹੁਣ ਮੈਂ ਇੱਕ ਬੰਦਾ ਸ਼ੀਸ਼ੇ 'ਚ ਦੇਖਦਾ ਹੁੰਦਾ ਨਾ ਬੰਦਾ ਆਪਣੇ ਆਪ ਨਾਲ ਗੱਲ ਕਰਦਾ ਹੁੰਦਾ ਕਿ ਹਾਂ ਮੈਂ ਕਰ ਸਕਦੀ ਹਾਂ ਹਾਂਜੀ ਜਿੱਦਾਂ ਤੱਕ ਮੇਰੀ ਯਾਦਾਸ਼ਤ ਜਾਂਦੀ ਹੈ ਪਿੱਛੇ ਜਦੋਂ ਮੈਂ ਛੋਟੀ ਹੁੰਦੀ ਸੀ ਹਾਂਜੀ ਹਾਂਜੀ ਹੁਣ ਪੰਜਾਬੀ ਦੀ ਜ਼ਬਾਨ ਬੋਲੂਗੀ ਹੁਣ ਤੈਨੂੰ ਵੀ ਮੈਂ ਹਾਂਜੀ ਹਾਂਜੀ ਕਿੱਦਾਂ ਵੀ ਜੀ ਯਾਦਾਸ਼ਤ ਤੁਹਾਡੀ ਚਾਰ ਪੰਜ ਸਾਲ ਤੱਕ ਮਤਲਬ ਚਾਰ ਪੰਜ ਸਾਲ ਦੀ ਸੀਗੀ ਜਦੋਂ ਮੈਂ ਡਿਸਾਈਡ ਕਰ ਲਿਆ ਸੀ ਕਿ ਮੈਂ ਐਕਟਰਸ ਬਣਨਾ ਵੱਡੀ ਹੋ ਕੇ ਅੱਛਾ ਉਦੋਂ ਹੀ ਹਾਂਜੀ ਉਦੋਂ ਮੈਂ ਫੈਮਲੀ ਨੂੰ ਦੱਸਤਾ ਸੀ ਮੈਂ ਪੰਜਾਬੀ ਐਕਟਰਸ ਬਣਨਾ ਉਹ ਵੀ ਪੰਜਾਬੀ ਮੂਵੀਆਂ ਦੀ ਨਾ ਮੈਂ ਇੱਦਾਂ ਸੋਚਿਆ ਸੀਗਾ ਅਤੇ ਕਦੇ ਵੀ ਪੇਰੈਂਟਸ ਨੇ ਨਾ ਨਹੀਂ ਕੀਤੀ ਸੀਗੀ ਈਵਨ ਦੋ ਪੰਜਾਬੀ ਪੇਰੈਂਟਸ ਹੁੰਦੇ ਆ ਸਟ੍ਰਿਕਟ ਹੁੰਦੇ ਆ ਹਾਂਜੀ 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 ਹਮੇਸ਼ਾ ਸਪੋਰਟ ਕੀਤੀ ਆ ਉਹਨਾਂ ਨੂੰ ਜ਼ਰੂਰ ਸਤਿ ਸ਼੍ਰੀ ਅਕਾਲ ਬੁਲਾਇਓ ਮੇਰੇ ਵੱਲੋਂ ਤੁਹਾਨੂੰ ਜਿਵੇਂ ਤੁਸੀਂ ਬਾਹਰ ਦੇ ਜੰਪਾਂ ਲਓ ਪਹਿਲਾਂ ਆਪਣੀ ਗੱਲ ਹੋਈ ਅਤੇ ਹੁਣ ਤੁਸੀਂ ਡਿਊਰਿੰਗ ਪ੍ਰਮੋਸ਼ਨਸ ਜਾਂ ਜਿਹੜੀ ਪਿਛਲੀ ਫਿਲਮ ਕੀਤੀ ਆਈ ਥਿੰਕ ਉਹਦਾ ਸ਼ੂਟ ਵੀ ਸੀਗਾ ਇੰਡੀਆ ਦਾ ਕਿਵੇਂ ਦਾ ਲੱਗਦਾ ਜਾਂ ਕਿਹੜੀ ਚੀਜ਼ ਮਿਸ ਕਰਦੇ ਹੋ ਕਿਉਂਕਿ ਬਹੁਤ ਲੰਮੇ ਕਿਉਂਕਿ ਤੁਹਾਡਾ ਬਰਥ ਉੱਧਰ ਦਾ ਸੋ ਪੰਜਾਬ ਜਾ ਕੇ ਕਿਹੜੀ ਚੀਜ਼ ਤੁਹਾਨੂੰ ਐਂ ਲੱਗਦੀ ਕਿ ਸਭ ਤੋਂ ਘੈਂਟ ਹੈ ਸਭ ਤੋਂ ਘੈਂਟ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਜਦੋਂ ਮੈਂ ਪਿੰਡ ਜਾਂਦੀ ਹਾਂ ਉੱਥੇ ਸਾਰੇ ਜਾਣੇ ਜਦੋਂ ਆ ਕੇ ਰਹਿੰਦੇ ਨੇ ਸਾਡੇ ਮੇਰੇ ਸਾਰੇ ਕਜ਼ਨਸ ਆ ਕੇ ਪੰਜਾਬ ਦੇ ਕਜ਼ਨਸ ਆ ਕੇ ਸਾਡੇ ਘਰ ਰਹਿੰਦੇ ਨੇ ਅਤੇ ਆਈ ਥਿੰਕ ਪੰਜਾਬ 'ਚ ਪਿਆਰ ਜ਼ਿਆਦਾ ਆ ਇੱਕ ਦੂਜੇ ਲਈ ਟਾਈਮ ਜ਼ਿਆਦਾ ਕੱਢਦੇ ਨੇ ਲੋਕ ਅਤੇ ਉੱਥੇ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਰਹਿੰਦੇ ਨੇ ਪਿਆਰ ਉੱਥੇ ਵੀ ਹੋਵੇ ਪਰ ਉੱਥੇ ਸਮਾਂ ਨਹੀਂ ਨਿਕਲਦਾ ਹਾਂਜੀ ਸਮਾਂ ਨਹੀਂ ਨਿਕਲਦਾ ਉੱਥੇ ਪਰ ਇੱਥੇ ਉਹੀ ਮੈਨੂੰ ਲੱਗਦਾ ਸਭ ਤੋਂ ਵੱਡਾ ਡਿਫਰੈਂਸ ਆ ਹਾਂਜੀ ਪਿੰਡ ਦੇ ਲੋਕ ਖੁਸ਼ ਹੁੰਦੇ ਹੁਣ ਤੁਹਾਨੂੰ ਦੇਖ ਕੇ ਫਿਲਮ ਵਾਲੀ ਕੁੜੀ ਹਾਂਜੀ ਪਹਿਲਾਂ ਤੋਂ ਹੀ ਖੁਸ਼ ਹੁੰਦੇ ਸੀ ਕਿਉਂਕਿ ਡੈਡੀ ਮੇਰੇ ਉਹਨਾਂ ਦਾ ਲਾਈਕ ਪਿੰਡ ਦੇ ਵਿੱਚ ਬਹੁਤ ਰੈਪੂਟੇਸ਼ਨ ਸੀਗਾ ਸੋ ਮੈਂ ਤਾਂ ਪਹਿਲਾਂ ਤੋਂ ਹੀ ਪਿੰਡ ਦੇ ਵਿੱਚ ਫੇਮਸ ਹੁੰਦੀ ਸੀ ਮੇਰੇ ਡੈਡੀ ਦਾ ਨਾਮ ਅਮਰਪਾਲ ਆ ਅਮਰਪਾਲ ਦੀ ਕੁੜੀ ਆਏਗੀ ਸੈਲੀਬ੍ਰਿਟੀ ਫੀਲਿੰਗ ਤਾਂ ਮੈਨੂੰ ਉਦਾਂ ਹੀ ਆਉਂਦੀ ਹੁੰਦੀ ਸੀ ਪਿੰਡ ਜਾ ਕੇ ਇਸੇ ਗੱਲ ਤੁਸੀਂ ਸੋਚ ਲਿਆ ਸੀ ਮੈਂ ਫਿਲਮਾਂ 'ਚ ਜਾਊਂਗੀ ਹਾਂਜੀ ਹਾਂਜੀ ਪਹਿਲਾਂ ਤੋਂ ਹੀ ਸੋਚ ਲਿਆ ਸੀਗਾ ਰੀਜ਼ਨ ਸੀਗਾ ਮੈਂ ਤੈਨੂੰ ਵੀ ਬੁਲਾ ਲਿਆ ਸੀਗਾ ਪਹਿਲਾਂ 10-12 ਦਿਨ ਤੇ ਅਰਮਾਨ ਨੂੰ ਵੀ ਤਾਂ ਕਿ ਇਹ ਦੋਨੇ ਇੱਕ ਦੂਸਰੇ ਨੂੰ ਜਾਣ ਲੈਣ ਤੁਸੀਂ ਯੂਕੇ ਸੀ ਮੈਂ ਹਾਂਜੀ ਮੈਂ ਇਹਨਾਂ ਤੋਂ ਵੀ ਪਹਿਲਾਂ ਚਲਿਆ ਗਿਆ ਸੀ ਸੋ ਮੈਨੂੰ ਇੱਦਾਂ ਸੀਗਾ ਇਹ ਬਾਹਰ ਘੁੰਮਣਗੇ ਫਿਰਨਗੇ ਹੈ ਨਾ ਇੱਧਰ ਉੱਧਰ ਕੈਫੇ ਕੂਫੇ 'ਤੇ ਜਾ ਕੇ ਆਉਣਗੇ ਅਤੇ ਇਹਨਾਂ ਦਾ ਥੋੜ੍ਹਾ ਜਿਹਾ ਨੇੜਤਾ ਵਧੂਗੀ ਅਤੇ ਮੈਨੂੰ ਈਜ਼ੀ ਹੋਊਗਾ ਮਤਲਬ ਤੁਸੀਂ ਇਹਨਾਂ ਦੀ ਨੇੜਤਾ ਵਧਵਾਈ ਹਾਂਜੀ ਵੀ ਟਰਾਈਡ ਬਟ ਇੱਕ ਦੋ ਜਗ੍ਹਾ 'ਤੇ ਇਹ ਘੁੰਮ ਫਿਰ ਫਿਲਮ 'ਚ ਵਧਾਈ ਕਿ ਅਸਲ ਜ਼ਿੰਦਗੀ 'ਚ ਵੀ ਵਧਾ ਰਹੇ ਮੈਨੂੰ ਤਾਂ ਇੱਕ ਸੈਮ ਨੂੰ ਇਹਨਾਂ 'ਤੇ ਥੋੜ੍ਹਾ ਜਿਹਾ ਡਾਊਟ ਆ ਸੱਚੀ ਕਹਿੰਦਾ ਆਹ ਗੱਲ ਬਣੀ ਹੁਣ ਹੈ ਨਾ ਕਮੈਂਟ 'ਚ ਵੀ ਪਾਇਆ ਨਾ ਤੁਸੀਂ ਦਿਲ ਜਿਹਾ ਹਾਂਜੀ ਤੇ ਕਈ ਵਾਰ ਗੱਲਾਂ ਦੱਸ ਨਹੀਂ ਸਕਦੇ ਆਪਾਂ ਔਨ ਸਕਰੀਨ ਕਈ ਵਾਰ ਚੀਜ਼ਾਂ ਨਹੀਂ ਦੱਸ ਸਕਦੇ ਚਲੋ ਕੋਈ ਨਹੀਂ ਬਸ ਕਿੰਨਾ ਕੁਛ ਕਹਿਤਾ ਤੁਸੀਂ ਹਨਾ ਚੰਗੀ ਚੰਗੀਆਂ ਚੀਜ਼ਾਂ ਠੀਕ ਹੈ ਫਲਾਉਂਦੇ ਰੂਮਰਸ ਹੈ ਨਾ ਰੂਮਰਸ 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 ਹਾਂ ਉੱਥੇ ਫੈਲਦੀ ਹੈ ਜਿੱਥੇ ਕੋਈ ਗੱਲਬਾਤ ਹੋਵੇ ਜੀ
ਨਹੀਂ ਪਰ ਇਹਨਾਂ ਦੀ ਜੋ ਕੈਮਿਸਟਰੀ ਬਹੁਤ ਵਧੀਆ ਨਿਕਲ ਕੇ ਇਹ ਤਾਂ ਮਾਹਿਰ ਨੇ ਜੀ ਕੈਮਿਸਟਰੀ ਚ ਲੈ 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 ਕਿਉਂ ਨਹੀਂ ਜੇ ਕੋਈ ਟੌਪਰ ਗੱਲ ਕਰੇ ਨਾ ਕੈਮਿਸਟਰੀ ਦੇ ਵਿੱਚ ਇਹ ਟੌਪ ਸੱਤ ਕੁੜੀਆਂ ਜਦੋਂ ਗਾਣੇ ਚ ਲੈ ਲਈਆਂ ਹੋਰ ਕੈਮਿਸਟਰੀ ਕਿਹਦੀ ਹੋਊਗੀ ਜੀ ਵਧੀਆ ਸਹੀ ਗੱਲ ਹੈ ਹਾਂਜੀ ਇੱਕ ਬਹੁਤ ਵੱਡੀ ਸਾਨੂੰ ਖਬਰ ਮਿਲੀ ਹੈ ਜੀ ਟੱਪਰ ਹਿੱਟਸ ਦੇ ਉੱਤੇ ਕਿ ਡਾਇਰੈਕਟਰ ਆਪਣੇ ਆਪ ਮੂੰਹੋਂ ਬੋਲਿਆ ਕਿ ਜਿਹੜੀ ਮੇਰੇ ਸਟਾਰ ਜਿਹੜੇ ਦੋਨੇ ਜੋੜੀ ਹੈ ਉਹਨਾਂ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਮੁੜ ਕੇ ਹੁਣ ਉਹ ਇੰਨਾ ਕੁ ਜੁੜ ਚੁੱਕੇ ਨੇ ਆਪਣੇ ਕੈਰੀਅਰ ਦੇ ਉੱਤੇ ਹਾਂ ਭਾਜੀ ਧੱਕਾ ਭਾਜੀ ਧੱਕਾ ਹੈਲੋ ਸੀ ਹਾਂਜੀ ਹਾਂਜੀ ਉਹ ਯਾਰ ਜਿਹੜੇ ਤੈਨੂੰ ਮੈਂ ਸਲਮਾਨ ਖਾਨ ਤੇ 500 ਕਰੋੜ ਲਈ ਦਿੱਤੇ ਸੀ ਨਾ ਹਾਂ ਲਾ ਦਿਓ ਸਲਮਾਨ ਖਾਨ ਤੇ ਲਾ ਦਿਓ ਕੋਈ ਚੱਕਰ ਨਹੀਂ ਹਾਂ 200 ਕਰੋੜ ਦਿੰਦੇ ਤਾਂ ਮੈਂ ਅਕਸ਼ੇ ਦੀ ਫਿਲਮ ਵਾਸਤੇ ਹਾਂ ਲਾ ਦਿਓ ਲਾ ਦਿਓ ਆਹ ਜਿਹੜਾ 100 ਕਰੋੜ ਤੁਹਾਨੂੰ ਮੈਂ ਖੁੱਲ੍ਹਾ ਦਿੱਤਾ ਯਾਰ ਟੁੱਟੇ ਪੈਸੇ ਨਹੀਂ ਦਿੱਤੇ 100 ਕਰੋੜ ਦੇ ਹਾਂ ਉਹਦੇ ਨਾਲ ਸ਼ਾਹਿਦ ਕਪੂਰ ਦੀ ਵੈਬ ਸੀਰੀਜ਼ ਸ਼ੁਰੂ ਕਰ ਦਿਓ ਕੋਈ ਉਹ ਯਾਰ ਤੈਨੂੰ ਕਹਿਣਾ ਮੈਂ ਬਿਜ਼ੀ ਹੈ ਇਸ ਵੇਲੇ ਬਹੁਤ ਜ਼ਿਆਦਾ ਪ੍ਰਮੋਸ਼ਨਾਂ 'ਤੇ ਬਿਜ਼ੀ ਹੈ ਸੁਖਨਾ ਫਿਲਮ ਆ ਰਹੀ ਯਾਰ ਮੇਰੀ ਆਹ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੁਖ ਸਾਹਿਬ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਤੈਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓਕੇ ਕੱਟ ਹਾਂ ਹਾਂ ਸਭ ਤੋਂ ਪਹਿਲਾਂ ਹਾਂ ਇਸ ਪੋਰਸ਼ਨ 'ਤੇ ਲਾਈਟ ਰੱਖ ਅਤੇ ਇੱਧਰੋਂ ਥੋੜ੍ਹੀ ਕੱਟ ਹਾਂ ਓ ਹੈਲੋ ਹੈਲੋ ਓ ਡਾਇਰੈਕਟਰ ਸਾਹਿਬ ਹਾਂਜੀ ਸਰ ਤੂੰ ਲਾਈਟ ਰੱਖ ਦੇ ਭਾਵੇਂ ਤੂੰ ਕਟਵਾ ਦੇ ਤੇਰੇ ਚਿਹਰੇ 'ਤੇ ਤਾਂ ਫਿਰ ਵੀ ਨਹੀਂ ਪੈਣੀ ਕਿਉਂ ਕਰਾਉਣ ਡਿਆ ਇੱਕ ਮਿੰਟ ਰੁਕ ਜਾ ਯਾਰ ਮੇਰੇ ਖਿਆਲ ਨਾਲ ਇਹਨਾਂ ਵੱਲ ਦੇਖ ਕੇ ਇਹਨਾਂ ਨੂੰ ਲੱਗ ਰਿਹਾ ਕਿ ਪ੍ਰੋਡਿਊਸਰ ਸਾਹਿਬ ਮਾਈਸੈਲਫ ਪ੍ਰੋਡਿਊਸਰ ਮਿੱਤਲ ਹੈਲੋ ਮਿੱਤਲ ਜੀ ਹੈਲੋ ਤਨੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਥੈਂਕ ਯੂ ਤੁਸੀਂ ਮੈਨੂੰ ਬਹਿਣ ਲਈ ਕਿਹਾ ਬਹੁਤ ਬਹੁਤ ਸ਼ੁਕਰੀਆ ਮੈਂ ਬਹੁਤ ਪ੍ਰਾਊਡ ਫੀਲ ਕਰ ਰਿਹਾ ਨਹੀਂ ਸਰ ਉਹਨਾਂ ਨੇ ਨਹੀਂ ਕਿਹਾ ਨਹੀਂ ਕਿਹਾ ਘੱਟ ਹਾਂਜੀ ਤੁਸੀਂ ਚਲੋ ਥੈਂਕ ਯੂ ਜੀ ਬਹੁਤ ਬਹੁਤ ਅੱਛਾ ਲੱਗਾ ਤੁਸੀਂ ਮੈਨੂੰ ਇੰਨਾ ਮਤਲਬ ਉਹ ਦੇ ਰਹੇ ਹੋ ਇੱਜ਼ਤ ਮਾਨ ਦੇ ਰਹੇ ਹੋ ਪ੍ਰੋਡਿਊਸਰ ਨਾਲ ਤਾਂ ਪੈਣਾ ਪੈਂਦਾ ਔਰ ਅਰਮਾਨ ਜੀ ਕੀ ਹਾਲ ਚਾਲ ਠੀਕ ਠਾਕ ਇੱਕ ਸੈਕਿੰਡ ਫੀਲ ਹੋ ਰਿਹਾ ਮੇਰਾ ਫ੍ਰੀਜ਼ ਘੱਟ ਯਾਰ ਘੱਟ ਲਾਈਟ ਘੱਟ ਹਾਂ ਪ੍ਰੋਡਿਊਸਰ ਸਾਹਿਬ ਦੇ ਗਰਦਨ ਘੱਟ ਜਿੰਨਾ ਚਿਰ ਆਰਟਿਸਟ ਦੇ ਚਿਹਰੇ ਦੇ ਉੱਪਰ ਪ੍ਰੋਪਰ ਲਾਈਟ ਨਹੀਂ ਹੁੰਦੀ ਨਾ ਟੈਨਸ਼ਨ ਪੈ ਜਾਂਦੀ ਹੈ ਸਰ ਯਾਰ ਉਸ ਹਿਸਾਬ ਨਾਲ ਟੈਨਸ਼ਨ ਤੁਹਾਨੂੰ ਜਮਾਂਦਰੂ ਪੈਣੀ ਚਾਹੀਦੀ ਸੀ ਫੇਸ ਤੇ ਤਾਂ ਜਮਾਂਦਰੂ ਨਹੀਂ ਹੈਗੀ ਲਾਈਟ ਨਹੀਂ ਮੇਰੇ ਮਤਲਬ ਮੈਂ ਇਹ ਗੱਲ ਸਮਝਾਉਣਾ ਚਾਹੁੰਦਾ ਕਿ ਦੁੱਖ ਭਾਜੀ ਇਹ ਮੇਰਾ ਡਾਇਰੈਕਟਰ ਇਹਨੂੰ ਮੈਂ ਲਾਂਚ ਕਰ ਰਿਹਾ ਨਵੇਂ ਨੂੰ ਆਮ ਪ੍ਰੋਡਿਊਸਰ ਮਿੱਤਲ ਤੇ ਮਿੰਟੂ ਡਾਇਰੈਕਟਰ ਹੈ ਮਾਰਸ ਤੇ ਛੱਡੇ ਹੋਣੇ ਦੀ ਹਾਂਜੀ ਲਾਂਚ ਕਰਕੇ ਮਾਰਸ ਤੇ ਛੱਡੇ ਹੋਣੇ ਹਾਂਜੀ ਹਾਂਜੀ ਇਹਨਾਂ ਨੂੰ ਲਾਂਚ ਕਰਕੇ ਮੈਂ ਪਹਿਲੇ ਪੈਲੀਆਂ 'ਚ ਛੱਡਣਾ ਉੱਥੋਂ ਗਾਂਹ ਮਾਰਸ ਨਿਕਲ ਜਾਏ ਤਾਂ ਕੋਈ ਕਹਿ ਨਹੀਂ ਸਕਦਾ ਜੀ ਇਹ ਕੁਛ ਹੈਲਪ ਲੈਣਾ ਚਾਹੁੰਦੇ ਤਾਂ ਮਾਰਸ ਸੋਚ ਲੈਣਾ ਜਿੱਦਾਂ ਦੀਆਂ ਗੱਲਾਂ ਕਰਦੇ ਮੈਨੂੰ ਸੁੱਖ ਸਰ ਨਾਲ ਗੱਲ ਕਰ ਲੈਂਦੇ ਹੋ ਸਰ ਐਕਚੁਅਲੀ ਮੈਂ ਇਹ ਜਾਣਨਾ ਚਾਹੁੰਦਾ ਹਾਂ ਮਤਲਬ ਕਿ ਮੇਰੀ ਫਿਲਮ ਹੈ ਇੱਕ ਸਿਚੁਏਸ਼ਨ ਹੈ ਕਿ ਮੈਨੂੰ ਇਹ ਦੱਸੋ ਕਿ ਫਿਲਮ ਦੇ ਵਿੱਚ ਨਾ ਮੈਂ ਆਪਣੇ ਹੀਰੋ ਨੂੰ ਮਾਰ ਦਿਆਂ ਜਾਂ ਬਚਾ ਲਵਾਂ ਮੇਰਾ ਇਹ ਦਿਲ ਕਹਿੰਦਾ ਕਿ ਮੈਂ ਮਾਰ ਦਵਾਂ ਕਿਉਂਕਿ ਨਹੀਂ ਤੇ ਬਾਅਦ ਚ ਉਹਨੇ ਪੇਮੈਂਟ ਮੰਗ ਲੈਣੀ ਹੈ ਅਰਮਾਨ ਜੀ ਹਾਂਜੀ ਮੇਰੇ ਬੜੇ ਅਰਮਾਨ ਹੈ ਕਿ ਆਪਾਂ ਮਤਲਬ ਇਕੱਠੇ ਕੰਮ ਕਰੀਏ ਔਰ ਤੁਹਾਨੂੰ ਵੀ ਇੱਦਾਂ ਨਹੀਂ ਚਾਹੀਦਾ ਕਿ ਅੱਛਾ ਡਾਇਰੈਕਟਰ ਉੱਥੋਂ ਨਿਕਲ ਜੇ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਵੈਸੇ ਮੈਂ ਤੁਹਾਨੂੰ ਦੱਸਾਂ ਮੈਂ ਦੱਸ ਦਵਾਂ ਸੁੱਖ ਭਾਈ ਇਹਨਾਂ ਨੇ ਵੈਸੇ ਅੱਜ ਤੋਂ ਪਹਿਲਾਂ ਡਾਇਰੈਕਟ ਕੀ ਕੀਤਾ ਉਹ ਵੀ ਕਲੀਅਰ ਕਰ ਦੇਣੀ ਚਾਹੀਦੀ ਕਿਉਂਕਿ ਕੱਲ੍ਹ ਨੂੰ ਤੁਸੀਂ ਕੰਮ ਦੇਣਾ ਬੰਦੇ ਦਾ ਬੈਕਗਰਾਊਂਡ ਪਤਾ ਹੋਣਾ ਚਾਹੀਦਾ ਕੀ ਕੀਤਾ ਕੁਛ ਨਹੀਂ ਕੀਤਾ ਭਾਜੀ ਅੱਜ ਤੱਕ ਸਿਰਫ ਇਹਨੇ ਆਪਣੇ ਵਿਆਹ ਦੀ ਫਿਲਮ ਡਾਇਰੈਕਟ ਕੀਤੀ ਆ ਉਹਦੇ 'ਚ ਵੀ ਸਾਰੇ ਕਾਰ ਵਿਹਾਰ ਭਰਾ ਕੋ ਕਰਾ ਲਵੇ ਉਹ ਮੈਂ ਕਿਹਾ ਇਹ ਕੀ ਕੀਤਾ ਕਹਿੰਦਾ ਕੋਈ ਨਹੀਂ ਐਡੀਟਿੰਗ 'ਚ ਮੂੰਹ ਪਾ ਲਾਂਗਾ ਆਪਣਾ ਇਹ ਹਾਲਾਤ ਨੇ ਇਹਦੇ ਵਿਆਹ ਤੋਂ ਬਾਅਦ 'ਚ ਵੀ ਹਾਂਜੀ ਹਾਂਜੀ ਨਹੀਂ ਬਾਅਦ 'ਚ ਨਹੀਂ ਸਰ ਅੱਛਾ ਬਾਅਦ 'ਚ ਨਹੀਂ ਸਰ ਮਤਲਬ ਉਸ ਦਿਨ ਰਾਤ ਵੀ ਨਹੀਂ ਸਿਰਫ ਦਿਨ ਸਰ ਐਕਚੁਅਲੀ ਕੀ ਹੋਇਆ ਨਾ ਕਿ ਉਹਦੇ ਵੀ ਇੱਕ ਸਿਚੁਏਸ਼ਨ ਸੀ ਨਾਲ ਤੁਹਾਨੂੰ ਤਾਂ ਪਤਾ ਐਡੀਟਿੰਗ 'ਚ ਅੱਜ ਕੱਲ੍ਹ ਹੋ ਜਾਂਦਾ ਨਾ ਸਾਰਾ ਕੁਛ ਠੀਕ ਹੋ ਜਾਂਦਾ ਦੱਸ ਤੇ ਸਹੀ ਤੇਰਾ ਵਿਆਹ ਹੁੰਦਾ ਕਿਉਂ ਨਹੀਂ ਸੀ ਬੋਲ ਤੇ ਦੱਸ ਯਾਰ ਤੂੰ ਘੋੜੀ ਤੇ ਕਿਉਂ ਨਹੀਂ ਚੜਿਆ ਪਤਾ ਲੱਗੇ ਔਖਾ ਹੀ ਹੋਇਆ ਵਿਆਹ ਉਹ ਲੈ ਮੈਂ ਮੇਰਾ ਆਪਣਾ ਮਨ ਬੜਾ ਖਰਾਬ ਹੋਇਆ ਤੈਨੂੰ ਜੀ ਮਤਲਬ ਕਈ ਵਾਰੀ ਸਿਚੁਏਸ਼ਨ ਹੁੰਦੀਆਂ ਨਾ ਇੱਦਾਂ ਦੀਆਂ ਕਿ ਸਿਚੁਏਸ਼ਨ ਐਸੀ ਹੋਈ ਕਿ ਮੈਂ ਘੋੜੀ ਤੇ ਬੈਠਾ ਹਾਂ ਅੱਛਾ ਘੋੜੀ ਨੇ ਇੱਦਾਂ ਕਰਕੇ ਪਿੱਛੇ ਨੂੰ ਮੇਰੇ ਵੱਲ ਦੇਖਿਆ ਉਹ ਥੋੜੀ ਅਫੈਂਡ ਹੋ ਗਈ ਫਿਰ ਉਹਨੇ ਨਾ ਮਤਲਬ ਕਿ ਮਤਲਬ ਕੌਣ ਬਿਠਾਤਾ ਉੱਤੇ ਹਾਂ ਮਤਲਬ ਉਹਨੇ ਦੋਵੇਂ ਐ ਲੱਤਾਂ ਚੋ ਕਰ ਇਦਾਂ ਕਰਕੇ ਕਹਿੰਦੀ ਮਤਲਬ ਕਹਿੰਦੀ ਕਿ ਹੁਣ ਇਹ ਚੀਜ਼ ਤੇ ਸਾਡੇ ਨਾਲ ਨਾ ਕਰੋ ਆਪਣੇ ਹੱਥ ਖੜੇ ਹੁੰਦੇ ਦੋ ਕਹਿੰਦੀ ਜੇ ਇਦਾਂ ਦਾ ਗੰਦ ਪਾਣਾ ਤਾਂ ਮੈਨੂੰ ਕੋਈ ਹੋਰ ਕਰ ਲਓ ਮੈਂ ਬਿਜ਼ੀ ਹਾਂ
ਓਏ ਚੁੱਪ ਕਰ ਜਾਓ ਮੈਨੂੰ ਕੋਈ ਬਿਜ਼ਨਸ ਦੀ ਗੱਲ ਵੀ ਕਰਨ ਦੇ ਸਰ ਕਰੋ ਬਿਜ਼ਨਸ ਦੀ ਗੱਲ ਐਡੇ ਵੱਡੇ ਵੱਡੇ ਐਕਟਰ ਆਏ ਨੇ ਡਾਇਰੈਕਟਰ ਆਏ ਨੇ ਇਹਨਾਂ ਨਾਲ ਕੋਈ ਬਿਜ਼ਨਸ ਦੀ ਅੱਗੇ ਮੈਂ ਗੱਲ ਤੋਰਾਂਗਾ ਨਾ ਆਮ ਪ੍ਰੋਡਿਊਸਰ ਮੈਨ ਦੇਰ ਇਜ਼ ਅ ਆਹੋ ਜੇ ਤੁਸੀਂ ਉਧਰ ਹੀ ਗੱਲਾਂ ਕਰਨੀਆਂ ਫਿਰ ਮੈਂ ਤੇ ਤਨੂ ਜੀ ਇੱਕ ਲੁੱਡੋ ਦੀ ਵਾਰੀ ਲਾ ਲਈਏ ਇਧਰ ਓਏ ਲੁੱਡੋ ਲੁੱਡੋ ਦਾ ਸਾਪਰ ਦਾ ਮੂੰਹ ਹੈ ਤੇ ਰੱਖ ਲਓ ਜੇ ਇੱਕ ਮਿੰਟ ਮੈਨੂੰ ਇੱਕ ਗੱਲ ਤੇ ਕਰ ਅਰਮਾਨ ਜੀ ਹਾਂਜੀ ਪ੍ਰੋਡਿਊਸਰ ਮੈਂ ਤਾਂ ਤੁਹਾਡੇ ਲਈ ਇੱਕ ਆਫਰ ਲੈ ਕੇ ਆਏ ਨੇ ਭਾਈ ਬੜਾ ਕਮਾਲ ਦਾ ਬਿਜ਼ਨਸ ਆਫਰ ਹੈ ਜੀ ਕੁਛ ਨਹੀਂ ਕਰਨਾ ਤੁਸੀਂ ਬੜਾ ਕੋਈ ਇੰਨੀ ਹੈਡੇਕ ਹੈ ਹੀ ਨਹੀਂ ਹਾਂਜੀ 1 ਕਰੋੜ ਰੁਪਇਆ ਤੁਸੀਂ ਦੇਣਾ ਤੇ 1 ਕਰੋੜ ਤੁਸੀਂ ਦੇਣਾ ਅੱਛਾ ਜੀ ਤੇ ਮੈਂ ਤੁਹਾਨੂੰ ਇੱਕ ਗੋਲੀ ਦੇ ਦੇਣੀ ਵਾਹ ਅਰੇ ਵਾਹ ਕਿਉਂ ਬਈ ਠੀਕ ਆ ਮਤਲਬ ਉਸ ਗੋਲੀ ਨਾਲ ਕੀ ਹੋਏਗਾ ਸਰ ਉਹ ਬੇਵਕੂਫਾ ਉਹਦੇ ਨਾਲ ਹੀ ਤੇ ਹੋਣਾ ਇਹਨਾਂ ਨੇ ਭੁੱਲ ਜਾਣਾ ਕਿ 1 ਕਰੋੜ ਦਿੱਤਾ ਕਿਨੂੰ ਹੀ ਇਹ ਉਹੀ ਗੋਲੀ ਜਿਹੜੀ ਇੰਡਸਟਰੀ 'ਚ ਦਿੱਤੀ ਨਹੀਂ ਜਾਂਦੀ ਜ਼ਿਆਦਾ ਫਿਰ ਮੈਨੂੰ ਗੋਲੀ ਦੇ ਗਿਆ ਵੈਸੇ ਇੰਨੀ ਖੂਬਸੂਰਤ ਹੀਰੋਇਨ ਨਾਲ ਬੈਠੀ ਹੋਵੇ ਤਾਂ ਕਿੱਦਾਂ ਹੋ ਸਕਦਾ ਉਹਨਾਂ ਨਾਲ ਗੱਲ ਨਾ ਕੀਤੀ ਜਾਵੇ ਵੈਸੇ ਤਨੂੰ ਜੀ ਮੈਨੂੰ ਇੱਕ ਚੀਜ਼ ਦੱਸੋ ਇੱਕ ਫਿਲਮ ਦੇਖੀ ਜੀ ਤੁਹਾਡੀ ਮੈਂ ਉਹਦੇ ਵਿੱਚ ਤੁਸੀਂ ਇੱਕ ਫੇਕ ਐਕਸੈਂਟ ਫੜਿਆ ਸੀ ਯੂਕੇ ਵਾਲਾ ਕਿੱਦਾਂ ਕਿਵੇਂ ਠੀਕ ਹੋ ਤੁਸੀਂ ਉਹ ਮਾੜਾ ਜਿਹਾ ਬੋਲ ਕੇ ਦੱਸੋ ਮੈਂ ਬੜਾ ਫੈਨ ਹਾਂ ਤੁਹਾਡੇ ਉਸ ਐਕਸੈਂਟ ਦਾ ਜਿੱਦਾਂ ਕਿੱਦਾਂ ਤੁਸੀਂ ਠੀਕ ਹੋ ਮੈਂ ਕਹਿੰਦਾ ਜਿੱਦਾਂ ਕਿੱਦਾਂ ਮਰਨ ਵਾਲੇ ਹੋਏ ਹਾਂ ਔਰ ਤੁਸੀਂ ਪੁੱਛ ਲਿਆ ਤੇ ਖਤਮ ਗਾਣੀ ਜੀ ਅੱਛਾ ਮੈਨੂੰ ਇਹ ਦੱਸੋ ਕਿ ਇਸ ਫਿਲਮ ਜਦ ਤੁਸੀਂ ਕੀਤੀ ਤੇ ਇਹਦੇ ਵਿੱਚ ਫਿਰ ਤੁਹਾਨੂੰ ਐਕਸੈਂਟ ਫੜਨ ਦੀ ਲੋੜ ਨਹੀਂ ਪਈ ਕਿਵੇਂ ਬਿਲਕੁਲ ਵੀ ਨਹੀਂ ਮਤਲਬ ਇਹਦੇ ਚ ਤੁਹਾਡਾ ਜਿਹੜਾ ਐਕਸੈਂਟ ਸੀ ਉਹ ਸਿੰਪਲ ਸੀ ਨਾਰਮਲ ਸਿੰਪਲ ਸੀਗਾ ਇਹਦੇ ਵਿੱਚ ਅਸੀਂ ਸ਼ੋਅ ਕਰਨਾ ਸੀ ਵੀ ਕੁੜੀ ਪੰਜਾਬ ਦੇ ਨਾਲ ਕਨੈਕਟਡ ਆ ਓ ਤੇ ਤੁਹਾਡਾ ਐਕਸੈਂਟ ਭਾਜੀ ਤੁਸੀਂ ਦੇਖਿਆ ਟ੍ਰੇਲਰ ਸੀ ਬਸ ਹਾਂ ਹਾਂ ਨਹੀਂ ਤੁਹਾਡਾ ਐਕਸੈਂਟ ਠੀਕ ਸੀ ਮਤਲਬ ਮੈਨੂੰ ਐ ਲੱਗਾ ਨਹੀਂ ਕਿ ਤੁਸੀਂ ਵਾਲਾ ਉਹ ਚਖਵਾਂ ਜਾਂ ਯੂ ਨੋ ਉਹ ਜਨ ਨਹੀਂ ਸੀ ਆਈ ਗਾਟ 6.5 ਬੈਂਡ ਇਨ ਆਇਲਸ ਬ੍ਰੋ ਯਾ ਵਾ ਵਾ ਯਾ ਸੇਮ ਮੇਰੇ ਵਾਲਾ ਹਾਲ ਐਂਡ ਆਈ ਗਾਟ ਬਸ ਫਰਮ ਬਸ ਸਟੈਂਡ ਬ੍ਰੋ ਯਾ ਬਿਕੋਜ਼ ਆਈ ਲੈਟਸ ਇਜ਼ ਸੋ ਫਾਰ ਫਰਮ ਮੀ ਡਾਇਰੈਕਟਰ ਤੁਸੀਂ ਵਿੱਚ ਹੀਰੋ ਪੈਸਾ ਮੈਂ ਲਾ ਰਿਹਾ ਵੱਡਾ ਬਜਟ ਵੱਡੀ ਫਿਲਮ ਮਤਲਬ ਕੋਈ ਛੋਟੀ ਗੱਲ ਹੀ ਨਹੀਂ ਉਹਦੇ ਚ ਔਰ ਸਟੋਰੀ ਸਰ ਸ਼ੁਰੂ ਹੁੰਦੀ ਹੈ ਸੁਖ ਭਾਜੀ ਆਪਣੀ ਫਿਲਮ ਦੀ ਹਾਂਜੀ ਵੱਡਾ ਬਜਟ ਬੱਦਲਾਂ ਦੇ ਵਿੱਚੋਂ ਹੈਲੀਕਾਪਟਰ ਨਿਕਲ ਰਿਹਾ ਲਓ ਜੀ ਇਹਦੇ ਤਾਂ ਪੱਖੇ ਦੀ ਸਰਵਿਸ ਹੋਣ ਵਾਲੀ ਆ ਓਏ ਇਹਦੇ ਪਹਿਲੇ ਪੱਖੇ ਦੀ ਸਰਵਿਸ ਕਰਾਇਆ ਤਾਂ ਹੈਲੀਕਾਪਟਰ ਖਰਾਬ ਆ ਤੇਰਾ ਸਰ ਮੈਨੂੰ ਸਟੋਰੀ ਸਰ ਇੱਕ ਅੱਛਾ ਹਾਂ ਹਾਂ ਸਟੋਰੀ ਸੁਣਾਓ ਹਾਂਜੀ ਅਰਮਾਨ ਭਾਜੀ ਤੁਸੀਂ ਹੀਰੋ ਹੋ ਫਿਲਮ ਦੇ ਔਰ ਤੁਸੀਂ ਹੀਰੋਇਨ ਹੋ ਬਿਲਕੁਲ ਔਰ ਸੋਹਣੀ ਜੋੜੀ ਹੈ ਫਿਲਮ ਦੀ ਔਰ ਬੱਦਲਾਂ ਦੇ ਵਿੱਚੋਂ ਪਾੜ ਕੇ ਬੱਦਲ ਹੈਲੀਕਾਪਟਰ ਜਦੋਂ ਜ਼ਮੀਨ ਤੇ ਨਿਕਲਦਾ ਆ ਗਿਆ ਥੱਲੇ ਲੈਂਡ ਹੁੰਦਾ ਹੈ ਵਾਹ ਜੀ ਵਾਹ ਦਰਵਾਜ਼ੇ ਖੋਲਦੇ ਨੇ ਕੀ ਬਾਤ ਹੈ ਵਿੱਚੋਂ ਮੈਂ ਨਿਕਲਦਾ ਭਾਜੀ ਲਓ ਜੀ ਤੇ ਨਿਕਲ ਕੇ ਉਤਰਦੇ ਆ ਸਾਰੇ ਹੈਲੀਕਾਪਟਰ ਤੇ ਕਪੜਾ ਮਾਰਨਾ ਸ਼ੁਰੂ ਕਰ ਦਿੰਦੇ ਇਹਦਾ ਕੰਮ ਦਿੱਤਾ ਨਾ ਇਹਨੂੰ ਧੋਣਾ ਹੀ ਇਹਨੇ ਅੱਛਾ ਸੌਰੀ ਪ੍ਰੋਡਿਊਸਰ ਸਾਹਿਬ ਇੱਕ ਛੋਟਾ ਜਿਹਾ ਕੁਐਸਚਨ ਸੀਗਾ ਹਾਂਜੀ ਤੁਸੀਂ ਇੱਦਾਂ ਖੜੇ ਹੋ ਸਕਦੇ ਹੋ ਉਹਦੇ ਨਾਲ ਕੀ ਹੋ ਜਾਏ ਮੈਂ ਲੱਤ ਮਾਰਨੀ ਘੁਮਾ ਕੇ ਤੁਹਾਡੀ ਯਾਰ ਤੂੰ ਸੁਣਾ ਦੇ ਤਾਂ ਸਟੋਰੀ ਸੁਣਾ ਦੇ ਓਕੇ ਫਾਈਨ ਹੁਣ ਕੀ ਹੁੰਦਾ ਹੈ ਸਰ ਕਿ ਮੈਂ ਜਦੋਂ ਨਿਕਲਦਾ ਹਾਂ ਓਏ ਹੋਏ ਪੱਖਾ ਚੱਲਦਾ ਪਿਆ ਹੈਲੀਕਾਪਟਰ ਦਾ ਔਰ ਹਵਾਵਾਂ ਚੱਲ ਰਹੀਆਂ ਮੇਰੇ ਕੱਪੜੇ ਉੱਡ ਰਹੇ ਆ ਸਰ ਵਾਹ ਜੀ ਵਾਹ ਕੱਪੜੇ ਉੱਡ ਰਹੇ ਮੇਰੇ ਵਾਲ ਉੱਡ ਰਹੇ ਨੇ ਵਾਹ ਸਾਊਥ ਸਟਾਈਲ ਪੂਰਾ ਯੈਸ ਵਾਹ ਵਾਹ ਵਾਲ ਮੇਰੇ ਉੱਡ ਰਹੇ ਨੇ ਔਰ ਮੇਰੀ ਲੁੱਕ ਜਾਂਦੀ ਹੈ ਇੱਕਦਮ ਇਦਾਂ ਵਾਹ ਬਿਊਟੀ ਸ਼ਾਟਸ ਫ੍ਰੀਜ਼ ਬਿਊਟੀ ਸ਼ਾਟਸ ਚੱਲ ਰਹੇ ਨੇ ਹਾਲ ਦੇ ਕੋਈ ਇਹ ਜਿਹੜੇ ਬਿਊਟੀ ਸ਼ਾਟ ਹੈ ਬਿਊਟੀ ਲਿਆਉਣੀ ਕਿੱਥੋਂ ਆ ਉਹ ਵੀ ਤਾਂ ਥੋੜਾ ਜਿਹਾ ਮਸਾ ਐਕਸਪਲੇਨ ਕਰੋ ਨਾ ਅਗਲੇ ਬੰਦੇ ਨੂੰ ਕਨਫਿਊਜ਼ ਨਹੀਂ ਨਾ ਰਹਿਣ ਕਿ ਭਾਈ ਬਿਊਟੀ ਇਹਦੇ ਹੈ ਨਹੀਂ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਸਵਿਮਿੰਗ ਕਰ ਲੈਣੀ ਹੋ ਸਰ ਹਾਂ ਹਾਂ ਬ੍ਰਦਰ ਕਰ ਲੈਣੀ ਫਿਰ ਮੈਂ ਤੁਹਾਨੂੰ ਅੱਗ ਲਾਉਂਗਾ ਅੱਛਾ ਹੋਰ ਤਰੀਕੇ ਵੀ ਰੱਖੇ ਮਾਰ ਪਲੀਜ਼ ਬ੍ਰਦਰ ਫਿਰ ਮੈਂ ਹੁਣ ਕੀ ਹੁੰਦਾ ਕਿ ਵਾਲ ਮੇਰੇ ਉੱਡ ਰਹੇ ਨੇ ਇੰਨੇ ਚਿਰ ਨੂੰ 3-4 ਕੁੜੀਆਂ ਭੱਜੀਆਂ ਹੋਈਆਂ ਹਾਏ ਹਾਏ ਕੁੜੀਆਂ ਆ ਗਈਆਂ ਬਈ ਕੁੜੀਆਂ ਭੱਜੀਆਂ ਆਉਂਦੀਆਂ ਨੇ ਕੋਈ ਮੈਨੂੰ ਇਧਰੋਂ ਫੜਦੀ ਆ ਕੇ ਕੋਈ ਮੈਨੂੰ ਇਧਰੋਂ ਫੜਦੀ ਆ ਹਾਂ ਕਹਿੰਦੀ ਭਾਜੀ ਬੇਹੋਸ਼ ਕਿਉਂ ਗਿਆ ਤੁਹਾਨੂੰ ਹਸਪੀਟਲ ਛੱਡ ਆਵਾਂ ਨਹੀਂ ਇਦਾਂ ਦੀ ਕੋਈ ਅੱਛਾ ਭਰਾ ਮੈਂ ਉੱਠ ਹੀ ਜਾਣਾ ਇੱਥੋਂ ਦੀ ਤੂੰ ਆਰਾਮ ਨਾਲ ਸਟੋਰੀ ਸੁਣਾ ਲਾ ਆਪਣੀ ਖਤਮ ਕਰ ਲਾ ਸਟੋਰੀ ਕਰ ਲਾ ਸਰ ਜਦੋਂ ਮੈਨੂੰ ਉਹ ਆ ਕੇ ਫੜਦੀਆਂ ਨੇ ਔਰ ਮੇਰੀ ਨਜ਼ਰ ਪੈਂਦੀ ਹੈ ਇੱਕਦਮ ਤਨੂੰ ਗਰੇਵਾਲ ਇਹ ਖੇਤਾਂ ਦੇ ਵਿੱਚ ਨਾ ਇਧਰੋਂ ਵੱਟ ਵੱਟ ਤੇ ਤੁਰੇ ਤੁਰੇ ਜਾਂਦੇ ਪਏ ਨੇ ਗੰਨੇ ਦੇ ਖੇਤ ਨੇ ਕਮਾਦ ਲੱਗਾ ਹੋਇਆ ਬਹੁਤ ਸੋਹਣਾ ਇੱਕ ਸ਼ਾਟ ਜਾ ਰਿਹਾ ਔਰ ਮੈਂ ਨਿਕਲਦਾ ਹਾਂ ਤੇ ਮੈਂ ਇਹਨਾਂ ਨੂੰ ਕਿਡਨੈਪ ਕਰ ਲੈਣਾ ਬਸ ਇਸ ਗੱਲ ਦਾ ਤੇ ਸ਼ੱਕ ਬੇਟਾ ਮੈਨੂੰ 2 ਮਹੀਨੇ ਤੋਂ ਪਹਿਲਾਂ ਹੀ ਹੈ ਕਿ ਤੂੰ ਡਾਇਰੈਕਟਰ ਨਹੀਂ ਤੂੰ ਕਿਡਨੈਪਰ ਹੈ ਔਰ ਜਿਸ ਦਿਨ ਤੂੰ ਮੈਨੂੰ ਸੈੱਟ ਤੇ ਨਹੀਂ ਮਿਲਣਾ ਆਇਆ ਮੇਰੇ ਫਿਲਮ ਦੇ ਸੈੱਟ ਤੇ ਉਸ ਦਿਨ ਤਾਂ ਮੇਰਾ ਇੱਕ ਸਪੋਟ ਬੁਆਏ ਨਹੀਂ ਲੱਭਣ ਡਿਆ ਮੈਨੂੰ ਸਰ ਗਲਤੀ ਸਪੋਟ ਬੁਆਏ ਦੀ ਸੀ ਤੁਹਾਡੀ ਅਰਮਾਨ ਭਾਜੀ ਹੋਇਆ ਕਿ ਮੈਂ ਉੱਥੇ ਡਾਇਰੈਕਟਰ ਹਾਂ ਮੈਂ ਉਹਨੂੰ ਕਹਿ ਰਿਹਾ ਕਿ ਸਪੋਟ ਇੱਕ ਚਾਹ ਅੱਗੋਂ ਮੈਨੂੰ ਕਹਿੰਦਾ ਸਰ ਮੇਰੇ ਲਈ ਵੀ ਲੈ ਆਇਓ ਅਰਮਾਨ ਜੀ ਤੁਸੀਂ ਮੈਨੂੰ ਦੱਸੋ ਕਿੱਦਾਂ ਦੀ ਲੱਗੀ ਮੇਰੀ ਸਟੋਰੀ
ਬਹੁਤ ਵਧੀਆ ਅਸੀਂ ਬਣਾਉਣੀ ਵੀ ਨਹੀਂ ਨਾ ਸਾਡਾ ਆਪਣਾ ਟਾਰਗੇਟ ਵੀ ਨਹੀਂ ਹੈਗਾ ਵਧੀਆ ਬਣਾਉਣ ਦਾ ਕਿਉਂਕਿ ਲੋਕਾਂ ਨੂੰ ਚਾਹੁੰਦੇ ਠੀਕ ਠੀਕ ਲੱਗੇ ਨਹੀਂ ਸਟੋਰੀ ਸਟੋਰੀ ਮੁੱਕੀ ਤਾਂ ਹੈ ਨਹੀਂ ਕੁੜੀਆਂ ਆਈਆਂ ਉਹ ਭਾਈ ਜਦੋਂ ਕੁੜੀਆਂ ਆਈ ਨੂੰ ਵੱਡੇ ਵੱਡੇ ਮੁੱਕ ਜਾਂਦੇ ਸਟੋਰੀ ਦੀ ਕਿਹੜੀ ਗੱਲ ਹੈ ਅੰਦਰੋਂ ਉਹਨੂੰ ਚੈੱਕ ਕਰੋ ਅੰਦਰੋਂ ਮੁੱਕਿਆ ਹੀ ਪਿਆ ਉਹ ਪ੍ਰੋਡਿਊਸਰ ਸਾਹਿਬ ਇੱਧਰ ਮੈਨੂੰ ਸਵਾਲ ਪੁੱਛ ਰਹੇ ਸੀਗੇ ਕਿ ਸਟੋਰੀ ਅੱਗੇ ਕਿੱਦਾਂ ਫਿਰ ਹੁਣ ਜਦੋਂ ਵੇਖੋ ਜੀ ਮੈਂ ਚੌਕੀ ਲਿਆ ਤੈਨੂੰ ਮੈਡਮ ਨੂੰ ਅੱਗੇ ਕੀ ਚਲਾਉਣੀ ਹੁਣ ਤੁਸੀਂ ਛਡਾਉਣਾ ਹੀ ਹੈ ਹੀਰੋਇਨ ਕਿੱਦਾਂ ਛਡਾਓਗੇ ਦੱਸੋ ਜਰਾ ਤੁਹਾਨੂੰ ਲੱਭੂਗਾ ਤੇ ਤੁਹਾਡੇ ਚਾਰ ਚਪੇੜਾਂ ਛੱਡੂਗਾ ਲੈ ਚਾਰ ਚਪੇੜਾਂ ਇੱਕ ਜੀ ਮਰ ਜਾਣਾ ਮੈਨੂੰ ਉਦਾਂ ਹੀ ਕਹਿ ਦਿਓ ਲੈ ਕੇ ਜਾਣਾ ਮੈਂ ਕਹਿੰਦਾ ਲੈ ਜਾਓ ਜੀ ਲੈ ਵੀ ਮਿੰਟੂ ਆ ਕਲਾਈਮੈਕਸ ਤੇਰਾ ਕੰਪਲੀਟ ਹੋ ਗਿਆ ਕਲਾਈਮੈਕਸ ਹੈਗਾ ਚਾਰ ਚਪੇੜਾਂ ਦੇ ਨਾਲ ਹੀਰੋਇਨ ਫ੍ਰੀ ਫਿਲਮ ਓਕੇ ਰਿਪੋਰਟ ਚਾਰ ਚਪੇੜਾਂ ਚਾਰ ਚਪੇੜਾਂ ਹਾਂ ਫਿਲਮ ਦਾ ਨਾਮ ਹੋਏਗਾ ਚਾਰ ਚਪੇੜਾਂ ਵਾਹ ਚਾਰ ਚਪੇੜਾਂ ਤੇਰੇ ਯਾਰ ਦੀਆਂ ਚਾਰ ਚਪੇੜਾਂ ਤੇਰੇ ਯਾਰ ਦੀਆਂ ਕਿਉਂਕਿ ਇੱਥੇ ਸੌਂਗ ਵੀ ਅੱਛਾ ਬਣ ਸਕਦਾ ਹੈ ਨਾ ਚਾਰ ਚਪੇੜਾਂ ਤੇਰੇ ਯਾਰ ਇੱਕ ਮਿੰਟ ਰੋ ਜਾ ਹੈਲੋ ਹਾਂ ਯਾਰ ਚਾਰ ਚਪੇੜਾਂ ਯਾਰ ਦੀਆਂ ਰਜਿਸਟਰਡ ਕਰ ਦੋ ਹਾਂ ਟਾਈਟਲ ਚੁੱਕਿਆ ਜਾਂਦਾ ਯਾਰ ਅੱਜ ਕੱਲ੍ਹ ਬਹੁਤ ਮੈਂ ਦੇਖਿਆ ਹਾਂ ਠੀਕ ਹੈ ਹਾਂ ਲਓ ਜੀ ਗੱਲ ਇੱਦਾਂ ਮਿੰਟੂ ਬਾਈ ਤੈਨੂੰ ਵੀ ਫਿਲਮ ਓਕੇ ਹੋ ਗਈ ਆ ਅਰਮਾਨ ਭਾਈ ਨੇ ਡਨ ਕਰਤੀ ਆ ਡਨ ਹੈ ਸਟੋਰੀ ਆਪਾਂ ਸੁਣਾਤੀ ਆ ਡਨ ਹੈ ਤੇ ਹੁਣ ਸੁਖ ਭਾਜੀ ਕੋ ਕਿਹੜੀ ਸੁਵਿਧਾਵਾਂ ਲੈਣੀਆਂ ਸੀ ਉਹ ਵੀ ਦੱਸ ਦੇ ਸੁਖ ਭਾਜੀ ਤੁਸੀਂ ਬਸ ਮਤਲਬ ਆਸ਼ੀਰਵਾਦ ਦਿਓ ਮੈਨੂੰ ਮਤਲਬ ਮੇਰਾ ਪਹਿਲਾ ਕੰਮ ਹੈ ਤੁਸੀਂ ਮਤਲਬ ਬਹੁਤ ਤੁਹਾਡਾ ਐਕਸਪੀਰੀਅੰਸ ਬੜਾ ਅੱਛਾ ਹੈ ਮੈਨੂੰ ਮਤਲਬ ਆਸ਼ੀਰਵਾਦ ਰੱਖਿਓ ਬਸ ਤੁਸੀਂ ਇਹਨਾਂ ਨੂੰ ਆਸ਼ੀਰਵਾਦ ਦੇ ਦਿਓ ਮੈਨੂੰ 2500 ਦੇ ਦਿਓ ਜੇ ਹੈਗਾ ਨਹੀਂ ਹੈਗਾ ਨਹੀਂ ਹੈਗਾ ਜੀ ਚਲੋ ਕੋਈ ਗੱਲ ਨਹੀਂ ਚੱਲ ਫਿਰ ਡਾਰਲਿੰਗ ਐਦਾਂ ਕਰੀਏ ਹੁਣ ਆਪਾਂ ਨਿਕਲੀਏ ਜੀ ਦੁਲਬ ਲੱਗ ਗਿਆ ਹਾਂ ਵੀਰੇ ਜਾਓ ਜਾਣ ਲੱਗੇ ਜੀ ਸੱਚੀ ਦੇਣ ਲੱਗੇ ਸੀਗੇ ਦਿਲ ਗਈ ਉਹ ਭਾਜੀ ਮੈਂ ਆਪਾਂ ਦੁਬਾਰਾ ਗੱਲ ਕਰ ਲੈਂਦੇ ਹਾਂ 2500 ਦਿਹਾੜੀ ਠੀਕਾ ਅੱਛਾ ਗੱਲ ਸੁਣ ਬਈ ਮਿੰਟੂ ਹੁਣ ਆਪਾਂ ਚੱਲੀਏ ਆਪਾਂ ਨੈਕਸਟ ਵੀ ਕਿਸੇ ਨੂੰ ਤੰਗ ਕਰਨ ਜਾਣਾ ਬਿਲਕੁਲ ਜੀ ਬਿਲਕੁਲ ਸਰ ਤੇ ਇਸ ਵਾਰੀ ਅਸੀਂ ਗੋਲ ਫੁਆਰੇ ਵੱਲੋਂ ਜਾਣਾ ਘੁੰਮ ਘੁਮਾ ਕੇ ਠੀਕ ਆ ਹਾਂਜੀ ਓਕੇ 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 ਲਾਈਟ ਕੱਟ ਹਾਂ ਸੋ ਗੱਲ ਇੱਦਾਂ ਦੀ ਜਦੋਂ ਸ਼ੋਅ ਸ਼ੁਰੂਆਤ ਵੀ ਹੋਈ ਸੀ ਸ਼ੋਅ ਦੀ ਤਾਂ ਸੁਖ ਸੰਘੇੜੇ ਬਾਈ ਨੇ ਜਿਹੜੇ ਇਨਸਾਨ ਬਾਰੇ ਜ਼ਿਕਰ ਕੀਤਾ ਅਤੇ ਅਕਸਰ ਬਾਈ ਕਰਦਾ ਹੀ ਰਿਹਾ ਕਿ ਸੈਮ ਬਾਈ ਨਾਲ ਗੱਲਬਾਤ ਹੋਈ ਅਸੀਂ ਰਨਿੰਗ ਕਰਨ ਗਏ ਸੈਮ ਬਾਈ ਮੇਰੇ ਨਾਲ ਸੀ ਡਿਊਰਿੰਗ ਕਰੋਨਾ ਸੈਮ ਬਾਈ ਨਾਲ ਇੱਦਾਂ ਸੋ ਮੈਂ ਮੇਰੇ ਦਿਲ 'ਚ ਸੀਗਾ ਕਿ ਜਿਹੜਾ ਇਹ ਸੈਮ ਬਾਈ ਹੈ ਇਹ ਵੀ ਅਸੀਂ ਸ਼ੋਅ ਦੇ ਵਿੱਚ ਲੈ ਕੇ ਆਈਏ ਸੋ ਪਲੀਜ਼ ਵੈਲਕਮ ਸੁਖ ਬਾਈ ਦੇ ਬਹੁਤ ਨਜ਼ਦੀਕੀ ਬਾਈ ਸੈਮ ਬਹੁਤ ਬਹੁਤ ਥੈਂਕ ਯੂ ਬਹੁਤ ਚਿਰ ਤੋਂ ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ ਵੀਰੇ ਸੋ ਅੱਜ ਬਹੁਤ ਵਧੀਆ ਲੱਗ ਰਿਹਾ ਵੀ ਤੁਹਾਡੇ ਨਾਲ ਖੜੇ ਹਾਂ ਜੀ ਇੱਥੇ ਥੈਂਕ ਨਹੀਂ ਨਹੀਂ ਭਾਈ ਜੀ ਤੁਸੀਂ ਪਰਿਵਾਰ ਹੋ ਜੀ ਆਪਣਾ ਪਲੀਜ਼ ਬੈਠੋ ਜੀ ਤੁਹਾਨੂੰ ਜੀ ਤੁਸੀਂ ਸੈਂਟਰ ਤੋਂ ਦਿਓ ਜੀ ਵੈਸੇ ਵੀ ਤੁਹਾਨੂੰ ਚਾਹ ਚੜ ਜੂਗਾ ਚਲੋ ਹਾਂ ਉਦਾਂ ਵੀ ਕਬਾਬ 'ਚ ਹੱਡੀ ਜ਼ਿਆਦਾ ਲੰਬੀ ਸੀ ਆਹੋ ਬਾਈ ਕਦੋਂ ਤੋਂ ਜੁੜੇ ਹੋਏ ਹੋ ਜੀ ਸੁਖ ਬਾਈ ਨਾਲ ਕਦੋਂ ਤੋਂ ਪਹਿਲਾਂ ਮਤਲਬ ਪਹਿਲਾਂ ਐਜ਼ ਅ ਤੁਸੀਂ ਪ੍ਰੋਫੈਸ਼ਨਲ ਜੁੜੇ ਜਾਂ ਯਾਰੀ ਪਹਿਲਾਂ ਪਈ ਸੋ ਜੀ 2016 ਦੇ ਵਿੱਚ ਸੁਖ ਬਾਈ ਸਾਡੇ ਲੰਡਨ ਆਏ ਹੋਏ ਸੀਗੇ ਜੀ ਸੋ ਇਹਨਾਂ ਨੂੰ ਮੈਂ ਐਜ਼ ਆ ਫੈਨ ਫੇਸਬੁੱਕ 'ਤੇ ਮੈਸੇਜ ਕੀਤਾ ਸੀਗਾ ਵੀ ਭਾਅ ਜੀ ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣੀ ਹੈ ਸੋ ਭਾਅ ਜੀ ਕਹਿੰਦੇ ਵੀ ਮੈਂ ਲੰਡਨ ਆ ਵੀ ਤੁਸੀਂ ਇਸ ਜਗ੍ਹਾ 'ਤੇ ਆ ਕੇ ਖਿਚਵਾ ਲਿਓ ਫੋਟੋ ਅਤੇ ਅਸੀਂ ਗਏ ਫੋਟੋ ਖਿਚਵਾਉਣ ਜੀ ਅਤੇ ਇਹਨਾਂ ਦੇ ਨਾਲ ਇੱਕ ਇਹਨਾਂ ਦੀ ਫੋਟੋਆਂ ਦਾ ਹਿੱਸਾ ਬਣ ਕੇ ਇੱਕ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਯਾਨੀ ਕਿ ਹਿੱਸਾ ਬਣ ਕੇ ਰਹਿ ਗਏ ਅਤੇ ਉਸ ਚੀਜ਼ ਦਾ ਮਾਣ ਹੈ ਜੀ ਸਾਨੂੰ ਚਲੋ ਹਾਂਜੀ ਹਾਂਜੀ ਤੁਹਾਡੇ ਸਾਰਿਆਂ 'ਚ ਵੀ ਅੱਡ ਹੈ ਵੈਸੇ ਬਾਈ ਦੇ ਵਾਲ ਵੇਖੋ ਤੁਸੀਂ ਸਟਾਈਲ ਵੇਖੋ ਟੈਟੂ ਵੇਖੋ ਨਹੀਂ ਭਾਅ ਜੀ ਸਟਾਈਲ ਨਹੀਂ ਜੀ ਮੈਂ ਨਾ ਮੇਰੀ ਹੁਣ ਉਮਰ ਬਹੁਤ ਹੋ ਗਈ ਆ ਉਹ ਵਾਲ ਹੋ ਗਏ ਚਿੱਟੇ ਸਾਰੇ ਉਹ ਮੈਂ ਕਾਲੇ ਕਰਦਾ ਹੀ ਫੇਰ ਹਫ਼ਤੇ ਬਾਅਦ ਡਾਈ ਲਾਓ ਮੈਂ ਸਕੀਮ ਲਾਤੀ ਮੈਂ ਕਿਹਾ ਚਿੱਟੇ ਹੀ ਕਰਦੇ ਨਹੀਂ ਠੀਕ ਆ ਬੇਬੀ ਭਾਅ ਜੀ ਦੇ ਗਾਣੇ ਸਾਰੇ ਰਿਲੇਟ ਕਰਦੇ ਰੀਅਲਿਜ਼ਮ ਦੇ ਲੱਗੇ ਨੇ ਵੀ ਉਹਨਾਂ ਦਾ ਜਵਾਕੇ ਦਿਲ ਟੁੱਟਿਆ ਨਹੀਂ ਮੈਂ ਜਦੋਂ ਇਹ ਵੀ ਰੀਅਲਿਜ਼ਮ ਦੇ ਲੱਗ ਗਿਆ ਕਪਲ ਕਾਫੀ ਮੇਰੇ ਅਰਮਾਨ ਨੂੰ ਮਿਲਦਾ ਜਾਂ ਜਿਹੜਾ ਅਰਮਾਨ ਮੈਂ ਸੋਚਿਆ ਸੀ ਉਹ ਹੈ ਨਹੀਂ ਉਸ ਤੋਂ ਬਹੁਤ ਦੁੱਗਣੀ ਤਿੱਗਣੀ ਐਕਟਿੰਗ ਬਹੁਤ ਵਧੀਆ ਤੇ ਕੈਮਿਸਟਰੀ ਆਹ ਇੱਕ ਤੁਸੀਂ ਨਹੀਂ ਵੀਰੇ ਨੋਟ ਕੀਤਾ ਇੱਕ ਦੋ ਹੋਰ ਆਪਣੀ ਇੰਡਸਟਰੀ ਦੇ ਬੰਦੇ ਉਹਨਾਂ ਦੇ ਮੈਨੂੰ ਫੋਨ ਆਇਆ ਕਿ ਵੀ ਡਿਡਨਟ ਐਕਸਪੈਕਟ ਦਿਸ ਫਰੋਮ ਅਰਮਾਨ ਸਾਈਡ ਮੈਨੂੰ ਖੁਦ ਨੂੰ ਕਾਲ ਆਇਆ ਇਦਾਂ ਕਰਕੇ ਯਾਰ ਮੈਨੂੰ ਸਾਨੂੰ ਲੱਗਿਆ ਨਹੀਂ ਸੀ ਇਹ ਜਾ ਇਹ 25-30 ਦਿਨਾਂ ਦੇ ਦਿਨ ਵਿੱਚੋਂ ਸੈਮ ਨੂੰ ਕਿਹੜਾ ਦਿਨ ਇਹੋ ਜਿਹਾ ਜਿਹੜਾ ਹਮੇਸ਼ਾ ਸਾਰੀ ਜ਼ਿੰਦਗੀ ਯਾਦ ਰਹੂਗਾ ਮੈਂ ਨਾ ਟੂ ਬੀ ਓਨੈਸਟ ਸੱਚੀ ਕਹਿੰਦਾ ਵੀ ਮੇਰਾ ਜਦੋਂ ਫਿਲਮਾਂ ਦੇ ਵਿੱਚ ਆਉਣ ਦਾ ਵਿਚਾਰ ਵੀ ਨਹੀਂ ਸੀ ਨਾ ਤੇ ਸੁਖ ਭਾਜੀ ਨਾਲ ਨਾ ਮੇਰੀ ਯਾਰੀ ਜਿੱਦਾਂ ਗੂੜੀ ਹੁੰਦੀ ਗਈ ਠੀਕ ਹੈ ਜੀ ਜਿਵੇਂ ਆਪਾਂ ਸਾਰੇ ਮੈਨੀਫੈਸਟ ਕਰਦੇ ਆ ਜਾਂ ਜੋ ਵੀ ਤੁਸੀਂ ਸ਼ਬਦ ਚੂਜ਼ ਕਰ ਲਓ ਵੀ ਮੈਨੂੰ ਇਦਾਂ ਖਿਆਲ ਆਉਂਦੇ ਹੋਣੇ ਮੈਂ ਕਰਕੇ ਇਸ ਇੱਥੇ ਬਣਨ ਮੈਂ ਡਾਇਰੈਕਟਰ ਹੀ ਆਇਆ ਸੀ ਟੂ ਬੀ ਓਨੈਸਟ ਹੈ ਨਾ ਵੀ ਆਪਾਂ ਡਾਇਰੈਕਸ਼ਨ ਉੱਤੇ ਕੰਮ ਸ਼ੁਰੂ ਤਾਂ ਮੈਂ ਪਹਿਲੀ ਵਾਰੀ ਆਪਦੀ ਵੀਡੀਓ ਡੀ ਓ ਪੀ ਹਾਇਰ ਕਰਕੇ ਲੈ ਕੇ ਗਿਆ ਹੈ ਨਾ ਸੋ ਮੈਂ ਆਪਦੇ ਮਨ ਦੇ ਵਿੱਚ ਖਿਆਲ ਬਣਾਉਂਦੇ ਰਿਹਾ ਮੈਨੂੰ ਲੱਗਦਾ ਸੁੱਖ ਭਾਈ ਨੂੰ ਮੈਂ ਪਹਿਲੀ ਵਾਰੀ ਗੱਲ ਦੱਸਣਾ ਵੀ ਠੀਕ ਹੈ ਵੀ ਸੁੱਖ ਭਾਈ ਨਾਲ ਵੀ ਮਤਲਬ ਜੇ ਮੇਰੀ ਪਲੇਸ ਆ ਤਾਂ ਕੀ ਆ ਮੈਂ ਕਿਹਾ ਚੱਲ ਮੈਂ ਡੀ ਓ ਪੀ ਬਣ ਜੂੰਗਾ ਉਦੋਂ ਮੇਰਾ ਕੋਈ ਡੀ ਓ ਪੀ ਵਾਲਾ ਵਿਚਾਰ ਨਹੀਂ ਸੀ ਤੁਹਾਨੂੰ ਡਿਊਰਿੰਗ ਸ਼ੂਟ ਸਟ੍ਰਿਕਟ ਕੌਣ ਸੀ ਡੀ ਓ ਪੀ ਸਾਹਿਬ ਕਿ ਡਾਇਰੈਕਟਰ ਸਾਹਿਬ ਡਾਇਰੈਕਟਰ ਸਾਹਿਬ ਨਹੀਂ ਪਰ ਵਧੀਆ ਆਈ ਥਿੰਕ ਸੁੱਖ ਬਿਕਾਜ਼ ਹੀ ਸਟ੍ਰਿਕਟ ਮੈਂ ਮੇਰੇ ਚੋਂ ਬੈਟਰ ਨਿਕਲ ਕੇ ਆਉਂਦਾ ਜਿਹੜਾ ਮੈਂ ਕੰਮ ਕਰਦੀ ਹਾਂ ਹੀ
ਹਰ ਟੇਕ ਦੇ ਬਾਅਦ ਜਾ ਕੇ ਤਨੂ ਨੂੰ ਹੌਸਲਾ ਦੇ ਰਿਹਾ ਤੁਸੀਂ ਕਰ ਲੈਣਾ ਤੁਸੀਂ ਕਰ ਲੈਣਾ ਮੋੜ ਕੇ ਗੱਲ ਉੱਥੇ ਹੀ ਆਉਂਦੀ ਹੈ ਹਣਾ ਵੀ ਤੁਸੀਂ ਕਰ ਲੈਣਾ ਮਤਲਬ ਕੈਮਿਸਟਰੀ ਦੀ ਗੱਲ ਹੈ ਹਾਂ ਵੀ ਉਹ ਮੋਟੀਵੇਸ਼ਨ ਮੋਟੀਵੇਟ ਜਦੋਂ ਮੈਂ ਵੀ ਕਿਤੇ ਫਸਦਾ ਸੀ ਤਨੂ ਵੀ ਦੱਸਦੇ ਸੀ ਮੈਨੂੰ ਆਬਵੀਅਸਲੀ ਕਿਤੇ ਨਾ ਫਸਦੇ ਸੀ ਮਤਲਬ ਕਿਤੇ ਸ਼ਾਰਟ ਦੇ ਵਿੱਚ ਸਲਾਹ ਸਲਾਹ ਦਿੰਦੇ ਸੀ ਨਾ ਫਿਰ ਵੀ ਇਦਾਂ ਕਰੇਗਾ ਤਾਂ ਬੈਟਰ ਹੋ ਜੂ ਕਿਉਂਕਿ ਐਕਸਪੀਰੀਅੰਸ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਇਹਨਾਂ ਨੇ ਨਹੀਂ ਜ਼ਰੂਰੀ ਹੈ ਜ਼ਰੂਰੀ ਹੈ ਪਰਮਾਤਮਾ ਸਾਥ ਬਰਕਰਾਰ ਰੱਖੇ ਹਾਂਜੀ ਹਾਂਜੀ ਵੱਡੀ ਗੱਲ ਇਹ ਜਿਵੇਂ ਜਿਵੇਂ ਸ਼ੋਅ ਵੱਧਦਾ ਨਾ ਜੀ ਮੈਂ ਜਿਵੇਂ ਹੁਣ ਸ਼ੋਅ ਜੀਤਾ ਨਹੀਂ ਕਰਦਾ ਜੀਤਾ ਕਰਦਾ ਵੀ ਗੱਲਾਂ ਹੋਰ ਕਰੀ ਚੱਲੀਏ ਇੱਕ ਨਾ ਮੈਂ ਰੈਪਿਡ ਫਾਇਰ ਰਾਊਂਡ ਰੱਖਦਾ ਸ਼ੋਅ ਦੇ ਵਿੱਚ ਤੁਹਾਨੂੰ ਫਟਾਫਟ ਆਨਸਰ ਦੇਣੇ ਪੈਣਗੇ ਠੀਕ ਹੈ ਜੀ ਸੋ ਸ਼ੁਰੂਆਤ ਮੈਂ ਕਰਦਾ ਅਰਮਾਨ ਅਰਮਾਨ ਉਸ ਤੋਂ ਬਾਅਦ ਦੈਨ ਤਨੂੰ ਦੈਨ ਸਾਡੇ ਸੈਮ ਸਾਹਿਬ ਦੈਨ ਸੁੱਖ ਜਾਂ ਫਿਰ ਸੈਮ ਜੀ ਨੂੰ ਆਖਰੀ 'ਚ ਰੱਖਦੇ ਹਾਂ ਮੈਨੂੰ ਆਖਰੀ 'ਚ ਰੱਖੋ ਹਾਂ ਹਾਂ ਉਸਤਾਦਾਂ ਤੋਂ ਬਾਅਦ ਹੈਂ ਉਸਤਾਦਾਂ ਤੋਂ ਬਾਅਦ ਅਰਮਾਨ ਜੀ ਰੈਡੀ ਹਾਂਜੀ ਹਾਂਜੀ ਫਟਾਫਟ ਆਨਸਰ ਦਿਓ ਠੀਕ ਹੈ ਜੀ ਠੀਕ ਹੈ ਜੀ ਤੁਹਾਡੇ ਫਾਦਰ ਸਾਹਿਬ ਦੀ ਇੱਦਾਂ ਦੀ ਖੂਬੀ ਤੁਹਾਡੀ ਤੁਹਾਨੂੰ ਸਿਖਾਈ ਹੋਈ ਚੀਜ਼ ਜਿਹੜੀ ਤੁਸੀਂ ਹਮੇਸ਼ਾ ਹਰ ਵੇਲੇ ਕੈਰੀ ਕਰਦੇ ਹੋ ਮਿਹਨਤ ਕਰਨਾ ਅਤੇ ਸਬਰ ਰੱਖਣਾ ਅਰਮਾਨ ਦਾ ਇਹੋ ਜਿਹਾ ਕਿਹੜਾ ਅਰਮਾਨ ਹੈ ਜਿਹੜਾ ਉਹ ਚਾਹੁੰਦੇ ਨੇ ਕਿ ਛੇਤੀ ਪੂਰਾ ਹੋ ਜਾਵੇ ਜਦੋਂ ਪੂਰਾ ਹੋਊਗਾ ਤਾਂ ਮੈਂ ਪੱਕਾ ਦੱਸੂਗਾ ਤੁਹਾਨੂੰ ਦੀ ਐਸੀ ਆਦਤ ਜਿਹੜੀ ਸ਼ੂਟ ਤੋਂ ਬਾਅਦ ਤੁਹਾਨੂੰ ਵੀ ਪੈ ਹੀ ਗਈ ਹੈ ਤੁਹਾਨੂੰ ਬਹੁਤ ਫੋਕਸਡ ਹੈ ਕੰਮ 'ਤੇ ਕੰਮ 'ਤੇ ਆਈ ਲਾਈਕ ਦੀ ਸਮਾਈਲ ਸਿੰਗਿੰਗ ਐਕਟਿੰਗ ਪ੍ਰਿਓਰਿਟੀ ਸਿੰਗਿੰਗ ਹੈ ਜੀ ਇੱਕ ਚੀਜ਼ ਜਿੱਦੋਂ ਅਰਮਾਨ ਨੂੰ ਸਖਤ ਨਫ਼ਰਤ ਗੋਲੀਆਂ ਪਾਉਂਦੇ ਜਿਹੜੇ ਬੰਦੇ ਕਿਹੜੀ ਮਾਡਲ ਦੇ ਤੁਹਾਨੂੰ ਸਭ ਤੋਂ ਵੱਧ ਨਖਰੇ ਲੱਗੇ ਕਿਹੜੀ ਮਾਡਲ ਦੇ ਨਹੀਂ ਉਹ ਨਖਰੇ ਨਹੀਂ ਉਹ ਬੇਸਿਕ ਨੇਚਰ ਹੁੰਦੀ ਸਾਰਿਆਂ ਦੀ ਕਿਹਨਾਂ ਦੀ ਸਾਰੀਆਂ ਠੀਕ ਸਭ ਤੋਂ ਵੱਧ ਸਾਰੀਆਂ ਠੀਕ ਨੇ ਜੀ ਹੈਂਜੀ ਸਾਰੀਆਂ ਠੀਕ ਨੇ ਚਲੋ ਠੀਕ ਸੁੱਖ ਸੰਘੇੜਾ ਸੈੱਟ ਦੇ ਉੱਤੇ ਗੁੱਸਾ ਕਰਦੇ ਨੇ ਯੈਸ ਔਰ ਨੋ ਹਾਂਜੀ ਹਾਂਜੀ ਅੱਛਾ ਯਾਰ ਓਕੇ ਤਨੂ ਦਾ ਰੀਅਲ ਨੇਮ ਤਨਪ੍ਰੀਤ ਕੌਰ ਵਾਹ 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 ਮੈਂ ਮਾਰਿਆ ਆਨਸਰ ਦੇਖ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਮੈਨੂੰ ਤੁਹਾਨੂੰ ਲੋੜ ਕੀ ਹੈ ਬਾਈ ਤੁਹਾਨੂੰ ਲੋੜ ਨਹੀਂ ਪਤਾ ਤੁਹਾਨੂੰ ਲੋੜ ਹੈ ਬਾਈ ਹਾਂ ਉਹ ਤਾਂ ਗੱਲ ਹੈ ਨਾ ਜਿਹਨੂੰ ਲੋੜ ਹੈ ਉਹਨੂੰ ਪਤਾ ਅੱਛਾ ਆਪਾਂ ਆਪਣਾ ਕੰਮ ਹੈ ਤਾੜੀਆਂ ਮਾਰਨ ਲੋੜ ਕਾਰਡ ਦੀ ਮਾਂ ਹੈ ਹਾਂ ਬੇਸਿਕਲੀ ਇਸ ਦਾ ਤਾੜੀਆਂ ਮਾਰੋ ਅਸੀਂ ਤਾਂ ਤਾੜੀਆਂ ਮਾਰਨ ਵਾਲੇ ਆ ਓ ਯੈਸ ਜਦੋਂ ਅਰਮਾਨ ਦਾ ਵਿਆਹ ਹੋ ਜਾਊਗਾ ਕਿਹੜੀ ਮਾਡਲ ਦਾ ਦਿਲ ਟੁੱਟੂਗਾ ਕਿਹਦੇ ਨੇ ਟੁੱਟਣਾ ਜੀ ਬਾਕੀ ਇਹਨੇ ਕਿਹੜਾ ਸਰਵਾ ਲਿਆ ਨਹੀਂ ਨਹੀਂ ਸਾਰੀਆਂ ਮੇਰੇ ਵਿਆਹ 'ਤੇ ਆਉਣਗੀਆਂ ਜੀ ਅੱਛਾ ਹਾਂ ਸਾਰੀ ਨੱਚਣਗੀਆਂ ਭੰਗੜਾ ਪਾਉਣਗੀਆਂ ਠੀਕ ਥੈਂਕ ਯੂ ਸੋ ਮਚ ਤੁਹਾਡਾ ਰੈਪਿਡ ਫਾਇਰ ਇੱਥੇ ਹੀ ਮੁੱਕਦਾ ਬਹੁਤ ਵਧੀਆ ਤੁਸੀਂ ਨਿਭਾਇਆ ਇੱਕ ਦੋ ਸਵਾਲ ਤੁਸੀਂ ਝੋਲ ਮੋਲ ਜੀ ਕਰਕੇ ਪਰ ਉਹ ਤੁਹਾਡੀ ਆਦਤ ਤੁਹਾਡੇ 'ਤੇ ਜੀ ਤਨੂ ਜੀ ਕਿਹਦੇ ਨਾਲ ਕੰਮ ਕਰਕੇ ਜ਼ਿਆਦਾ ਵਧੀਆ ਲੱਗਿਆ ਗਿੱਪੀ ਜਾਂ ਅਰਮਾਨ ਯਾਰ ਆਹ ਕੀ ਗੱਲ ਹੋਣੀ ਧੱਕਾ ਹੈ ਇਹ ਛੇਤੀ ਪਰਿਵਾਰ ਗੁੱਸਾ ਵੀ ਹੋਜੇ ਫਿਰ ਕੀ ਕੋਈ ਨੀ ਪਰਿਵਾਰ ਗੁੱਸੇ ਥੋੜੀ ਹੁੰਦਾ ਹੁੰਦਾ ਏਦਾਂ ਦੀ ਕਿਹੜੀ ਕੁਆਲਿਟੀ ਹੈ ਜਿਹੜੀ ਤਨੂ ਗਰੇਵਾਲ ਦੇ ਹਸਬੈਂਡ 'ਚ ਜ਼ਰੂਰ ਹੋਣੀ ਚਾਹੀਦੀ ਸਾਰਿਆਂ ਦੀ ਰਿਸਪੈਕਟ ਕਰਨੀ ਤਨੂ ਗਰੇਵਾਲ ਨੂੰ ਆਟਾ ਗੁੰਨਣਾ ਆਉਂਦਾ ਯੈਸ ਔਰ ਨੋ ਯੈਸ ਠੀਕ ਹੈ ਜੀ ਸੁੱਖ ਸੰਗੜੇ ਉਹਨਾਂ ਦੀ ਕਿਹੜੀ ਗੱਲ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਮੈਂ ਦੇਖਣਾ ਨਹੀਂ ਫਿਰ ਉਹਨੇ ਬੋਲਣਾ ਨਹੀਂ ਮੈਂ ਦੇਖਣਾ ਨਹੀਂ ਉਹਦੇ ਇੱਕ ਚੀਜ਼ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਸੁੱਖ ਬਾਰੇ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਆਈ ਥਿੰਕ ਉਹਨਾਂ ਨੂੰ ਆਲਵੇਜ਼ ਆਪਦੀ ਸਲਾਹ ਵਾ ਜਿਹੜੀ ਸਭ ਤੋਂ ਵੱਡੀ ਲੱਗਣੀ ਚਾਹੀਦੀ ਹੈ ਕਈ ਵਾਰ ਆਈ ਥਿੰਕ ਦੂਜਿਆਂ ਦੀ ਸਲਾਹ ਆਈ ਥਿੰਕ ਮੈਨੂੰ ਲੱਗਦਾ ਮੈਂ ਆਲਵੇਜ਼ ਤੁਹਾਨੂੰ ਕਹਿੰਦੀ ਹੁੰਦੀ ਹਾਂ ਵੀ ਜੋ ਤੁਸੀਂ ਬਿਲੀਵ ਕਰਦੇ ਹੋ ਉਹਨੂੰ ਉੱਪਰ ਰੱਖੋ ਮੈਨੂੰ ਪਹਿਲਾਂ ਵੀ ਕਿਹਾ ਕਿ ਸੁੱਕ ਬਿਲੀਵ ਯੋਰਸੈਲਫ ਪੰਜਾਬੀ ਇੰਡਸਟਰੀ ਦੇ ਕਿਹੜੇ ਆਰਟਿਸਟ ਨੂੰ ਤੁਸੀਂ ਇੰਸਟਾਗ੍ਰਾਮ 'ਤੇ ਫੋਲੋ ਤਾਂ ਨਹੀਂ ਕਰਦੇ ਪਰ ਸਟਾਕ ਕਰਦੇ ਹੋ ਫੋਲੋ ਨਹੀਂ ਕਰਦੀ ਸਟਾਕ ਕਰਦੀ ਹਾਂ ਲੈਟਸ ਸੀ ਮੈਂ ਕਿਉਂ ਦੱਸੂੰਗੀ ਦੱਸਣਾ ਪੈਣਾ ਹੈ ਰੈਪਿਡ ਫਾਇਰ ਰੈਪਿਡ ਫਾਇਰ ਮੈਂ ਕਹਿੰਦਾ ਬਾਹਰਲੇ ਜਵਾਕ ਬਹੁਤ ਓਨੈਸਟ ਹੁੰਦੇ ਆ ਦੇਖ ਹਾਂ ਹੋਰ ਉਹ ਕਹਿੰਦੇ ਬੰਦੇ ਓਨੈਸਟ ਸੀ ਬਹੁਤ ਉਧਰ ਦਿਮਾਗ 'ਚ ਨਹੀਂ ਆਉਂਦਾ ਹੁਣ ਮੈਂ ਕੀ ਕਰਾਂ ਓਕੇ ਪਰ ਇੱਥੇ ਦੇ ਆਰਟਿਸਟ ਹੈ ਹੋਣਗੇ ਹਾਂਜੀ ਬਿਲਕੁਲ ਅੱਛਾ ਜੀ ਹਾਂ ਤਨੂ ਗਰੇਵਾਲ ਕਮਿਟਿਡ ਨੇ ਯੈਸ ਔਰ ਨੋ ਯੈਸ ਕਿਹਦੇ ਨਾਲ ਆਏ ਨਹੀਂ ਦੱਸਣ ਅੱਛਾ ਮੈਂ ਕਿ ਕਮਿਟਿਡ ਇਨ ਟੂ ਇਨ ਮਾਈ ਵਰਕ ਵਰਕ ਸੱਚੀ ਲਾਈਕ ਹੋਏ ਹੋਏ ਨਿਕਲ ਆਉਂਦੀਆਂ ਜੀ ਬਾਹਰਲੇ ਜਵਾਕ ਬਾਹਰਲੇ ਜਵਾਕ ਸੱਚੇ ਨੇ ਉਹ ਤਾਂ ਵਿਚਾਰੇ ਢਲੇ ਪਏ ਨੇ ਪਹਿਲੇ ਪਿਗਲੇ ਉਂਗਲੀ ਲਾਓ ਬਸ ਸੱਚੀ ਜਿੱਦਾਂ ਆਪਾਂ ਨਹੀਂ ਕਰ ਅੱਛਾ ਇੱਕ ਸੈਕਿੰਡ ਹੁੰਦੀ ਹੈ ਕਮਿਟਿਡ ਹੋਣਾ ਫੋਕਸ ਹੈ ਬੰਦ ਕਰ ਹਾਂ ਸਹੀ ਹੈ ਮੈਨੂੰ ਪਤਾ ਬਟ ਦੈਟਸ ਹਿਲੇਰੀਅਸ ਮੈਂ ਕੁਝ ਦੋ ਕੁ ਪੰਜਾਬੀ ਵਰਡਸ ਦੱਸੂਗਾ ਤੁਸੀਂ ਮਤਲਬ ਦੱਸਣਾ ਉਹਨਾਂ ਦਾ ਜਿਵੇਂ ਉਹ ਸੇਮ ਸੀਗਾ ਨਾ ਛਾਬਾ ਕੀ ਸੀ ਭਲਾ ਛਾਬਾ ਕੀ ਸੀ ਰੋਟੀ ਦਾ ਡੱਬਾ ਯਾ ਬੋਕਰ ਬੋਕਰ
ਬਾਕਰ ਤਾਂ ਪਤਾ, ਬੋਕਰ ਨਹੀਂ ਪਤਾ ਮੈਨੂੰ, ਬਾਕਰ ਕੀ ਹੁੰਦਾ? ਬਾਕਰ ਜਿੰਦਾ ਜਿਹੜਾ ਬਾ ਨਹੀਂ, ਉਹ ਤੇ ਬਾਕਰ ਹੋ ਗਈ ਕਿ ਉਹ ਤਾਂ ਇੰਗਲਿਸ਼ ਜਿੰਦਾ ਬੋਕਰ, ਬੋਕਰ ਬੋਕਰ ਸੈਂਟੈਂਸ ਵਿੱਚ ਯੂਜ਼ ਕਰੋ, ਸੈਂਟੈਂਸ ਵਿੱਚ। ਬੀਬੀ ਜੀ ਬੋਕਰ ਮਾਰਿਓ ਪੈਰਾਂ 'ਚ 50,000 ਦੀ, ਬੋਕਰ ਮਾਰਾਂ ਦਾ ਛਣਕ ਪਵੇ। ਹਾਂ ਨਹੀਂ ਯਾਰ ਇਹ ਨਹੀਂ ਪਤਾ ਮੈਨੂੰ, ਝਾੜੂ। ਅੱਛਾ ਝਾੜੂ, ਝਾੜੂ ਲਈ ਹੋਰ ਵੀ ਸੂਣ, ਝਾੜੂ ਸੂਣ, ਆਪਣੇ ਸੂਣ ਕਹਿੰਦੇ ਆ। ਹਾਂ ਸੂਣ ਤਾਂ ਹੀ ਨਹੀਂ, ਇਹ ਮਾਝੇ 'ਚ ਬਾਕਰ ਬੋਕਰ ਕਹਿੰਦੇ, ਬੋਕਰ ਕਹਿੰਦੇ ਆ। ਕਿ ਸੂਣ ਤਾਂ ਮੈਨੂੰ ਪਤਾ, ਚਲੋ ਠੀਕ, ਬੇਸਿਕਲੀ ਮੈਨੂੰ ਪਤਾ ਇਹਦਾ। ਅੱਛਾ ਸਵਖਤੇ, ਸਵਖਤੇ ਇਹਨੂੰ ਵੀ ਸੈਂਟੈਂਸ ਵਿੱਚ ਯੂਜ਼ ਕਰੋ ਪਲੀਜ਼। ਸਵਖਤੇ ਸਵਖਤੇ ਆ ਜਾਓ, ਹੌਲੀ ਹੌਲੀ ਪੰਜਾਬੀ ਚ ਗਿਣਤੀ ਬੋਲੂਗਾ, ਤੁਸੀਂ ਦੱਸਣਾ ਵੀ ਕਿੰਨੇ ਆ। ਠੀਕ ਹੈ, 79 ਗਿਆਨੀ ਬੰਦੇ ਆਏ ਆ, ਗਲਤ ਹੈ। 99 99 ਮਨ ਛੜਿਆ, ਮਨ ਛੜਿਆ ਤੁਹਾਨੂੰ, ਹੱਥ ਹੱਥ ਮਿਲਾ ਲਾ, ਹੱਥ ਮਿਲਾਓ, ਮਨ ਛੜਿਆ ਤੁਹਾਨੂੰ। ਚਲੋ ਬਹੁਤ ਵਧੀਆ, ਥੈਂਕ ਯੂ ਸੋ ਮਚ, ਬਹੁਤ ਵਧੀਆ। ਅੱਛਾ ਸੱਚੀ ਸਿਆਣਪ ਹੁਣ ਤੁਹਾਨੂੰ ਵੇਖਦੇ ਆ, ਤੁਹਾਡਾ ਦਿਮਾਗ ਇਹ ਤਾਂ ਚਲੋ ਸੀ ਨਾ, ਗਿਣਤੀ ਗੁਣਤੀ ਸੀ। ਅੱਛਾ ਕੁਝ ਟੈਗਸ ਬੋਲੂਗਾ ਮੈਂ, ਤੁਸੀਂ ਦੱਸਣਾ ਇਹ ਕਿਹੜੇ ਆਰਟਿਸਟ ਨੂੰ ਸੂਟ ਕਰਦੇ ਆ। ਓਕੇ, ਸ਼ਰਮੀਲਾ, ਅਰਮਾਨ ਬੇਦਲ, ਸਟਾਈਲਿਸ਼, ਦਲਜੀਤ ਦੋਸਾਂਝ, ਰੋਮਾਂਟਿਕ, ਅਰਮਿੰਦਰ ਗਿੱਲ। ਅੱਛਾ ਅਰਮਾਨ ਬੇਦਲ ਦਾ ਤੁਸੀਂ ਰਿਕਾਰਡ ਕੀਤਾ ਨਾ? ਕਰ ਲਿਆ ਕਰ ਲਿਆ, ਇਹ ਕਰਨ ਲੱਗੀ ਸੀ, ਸਾਰਿਆਂ ਨੇ ਦੇਖਿਆ ਹੈ, ਦੇਖਿਆ ਨਾ, ਮਨ ਦੇ ਨਾਂ ਨਿਕਲਦਾ ਨਿਕਲਦਾ। ਹਾਂ ਹਾਂ ਹਾਂ, ਕਲੇਵਰ, ਗਿੱਪੀ ਗਰੇਵਾਲ, ਇੰਟਰੋਵਰਟ, ਅਰਮਾਨ ਬੇਦਲ, ਅੜਬ 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 ਅੜਬ, ਆਈ ਵੁੱਡ ਸੇ ਸਿੱਧੂ ਮੂਸੇਵਾਲਾ, ਮੇ ਬੀ ਹੀ ਹੈਡ ਦਾ ਪਰਸਨੈਲਿਟੀ। ਗੱਪੀ 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 ਤਾਂ ਬਹੁਤ ਨੇ, ਮੈਂ ਨਾਮ ਨਹੀਂ ਲਊਂਗੀ, ਇੱਕ ਇੱਕ ਗੱਪੀ ਦੇ ਦੇ, ਨਾਮ ਨਹੀਂ ਲਊਂਗੀ। ਹੈਗਾ ਨਹੀਂ, ਇਹ ਨਹੀਂ ਹੈਗਾ, ਆਏ ਹਾਏ ਕਿਤੇ ਇਹਨੂੰ ਲੱਗਿਆ ਨਹੀਂ, ਨਹੀਂ ਨਹੀਂ, ਆਏ ਹਾਏ ਇੱਕ ਕਹਿਣ ਦਾ ਲਹਿਜਾ ਹੁੰਦਾ ਨਹੀਂ, ਇਹ ਨਹੀਂ 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 ਇਹ ਨਹੀਂ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ, ਤੁਸੀਂ ਬਹੁਤ ਮਤਲਬ ਵਧੀਆ ਨਿਭਾਇਆ, ਥੈਂਕ ਯੂ। ਸੁੱਖ ਸੰਗੇੜੇ ਹੋਰਾਂ ਨੇ ਹੁਣ ਤੱਕ ਕਿੰਨੇ ਮਿਊਜ਼ਿਕ ਵੀਡੀਓਜ਼ ਸ਼ੂਟ ਕੀਤੇ ਨੇ? ਨੰਬਰ ਮਿਲਦਾ ਤਾਂ ਸਾਲ ਦੇ 120 ਐਵਰੇਜ ਹੈ ਟੋਟਲ, 1300 1300 ਕਿਹੜੇ ਸਿੰਗਰ ਦੇ ਸਭ ਤੋਂ ਵੱਧ ਨਖਰੇ ਨੇ? ਮਨਕੀਰਤ ਦੇ, ਸਾਡੇ ਲਈ ਸਾਡੇ ਲਈ। ਮੂਵੀ ਡਾਇਰੈਕਟ ਕਰਨ ਲਈ ਸੁੱਖ ਸੰਗੇੜੇ ਨੂੰ ਕਿਸ ਨੇ ਇੰਸਪਾਇਰ ਕੀਤਾ? ਅਮਰਿੰਦਰ ਭਾਅ ਜੀ। ਪੰਜਾਬੀ ਇੰਡਸਟਰੀ 'ਚ ਉਹ ਕੌਣ ਹੈ ਜੋ ਸੁੱਖ ਸੰਗੇੜੇ ਦਾ ਫੇਵਰੇਟ ਐਕਟਰ? ਅਮਰਿੰਦਰ ਭਾਅ ਜੀ। ਠੀਕ ਹੈ ਜੀ, ਆਪਣੀ ਨੈਕਸਟ ਮੂਵੀ ਦੇ ਵਿੱਚ ਤੁਸੀਂ ਬਤੌਰ ਹੀਰੋ ਲੈਣਾ ਕਿਸ ਨੂੰ ਪਸੰਦ ਕਰੋ? ਅਰਮਾਨ ਬੇਦਲ। ਐਜ਼ ਅ ਮਾਡਲ ਸੁੱਖ ਸੰਗੇੜਾ ਨੇ ਕਿੰਨੇ ਗਾਣੇ ਕੀਤੇ ਨੇ? 60-70 60-70 ਹਾਂਜੀ। ਪੰਜਾਬੀ ਕਲਾਕਾਰ ਝੂਠ ਬੋਲਦੇ ਨੇ? ਯੈਸ, ਬਹੁਤ ਜ਼ਿਆਦਾ। ਹਾਂਜੀ, ਬਹੁਤ ਜ਼ਿਆਦਾ। ਸੁੱਖ ਸੰਗੇੜੇ ਦਾ ਫੇਵਰੇਟ ਸਿੰਗਰ? ਫੇਵਰੇਟ ਸਿੰਗਰ ਅਮਰਿੰਦਰ ਭਾਅ ਜੀ। ਤੁਸੀਂ ਆਰਟਿਸਟ ਨੂੰ ਰੇਟ ਕਰਨਾ ਐਕਟਿੰਗ ਦੇ ਬੇਸਿਸ ਦੇ ਉੱਤੇ, ਮੈਂ ਕੁਝ ਨਾਮ ਲਊਂਗਾ, ਐਕਟਿੰਗ ਦੇ ਬੇਸਿਸ ਦੇ ਉੱਤੇ ਤੁਸੀਂ ਰੇਟ ਕਰਨਾ, ਜਿਹੜਾ ਨੰਬਰ 1 ਹੋਊਗਾ ਉਹ ਸਭ ਤੋਂ ਵਧੀਆ, ਨੰਬਰ 5 ਮਤਲਬ 5ਵੇਂ ਨੰਬਰ 'ਤੇ। ਠੀਕ ਹੈ, 1-5 ਹੈ ਜੀ। 1-5 ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਅਮਰਿੰਦਰ ਗਿੱਲ ਅਤੇ ਗੁਰਨਾਮ ਭੁੱਲਰ, ਸਭ ਤੋਂ ਪਹਿਲਾਂ ਕੌਣ? 1 'ਤੇ ਕੌਣ, ਜਾਂ ਸਭ ਤੋਂ 5ਵੇਂ ਨੰਬਰ 'ਤੇ ਕੌਣ? ਇਹਨਾਂ 'ਚੋਂ 5ਵੇਂ ਨੰਬਰ 'ਤੇ ਕੌਣ? ਛੇਤੀ ਛੇਤੀ ਭਾਜੀ, ਨਹੀਂ ਸਹੀ ਦੱਸ ਸਹਿਮ ਉਦਾਂ ਨਹੀਂ ਪਤਾ ਮੈਨੂੰ ਕੀ ਲੱਗਦਾ, ਸੱਚੀ ਮੈਨੂੰ ਇਮੋਸ਼ਨਸ ਦਾ ਇੰਨਾ ਇੰਨਾ ਪਤਾ ਨਹੀਂ, ਉਹ ਡਾਇਰੈਕਟਰ ਦੀ ਜੌਬ ਹੁੰਦੀ ਹੈ, ਮੈਂ ਤਾਂ ਲਾਈਕ ਨਹੀਂ 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 ਐਕਟਿੰਗ ਤੋਂ, ਐਜ਼ ਅ ਵਿਊਅਰ ਦੱਸੋ, ਨਹੀਂ ਨਹੀਂ ਐਜ਼ ਅ ਵਿਊਅਰ, ਤੂੰ ਸੱਚੀ ਦੱਸ ਜੋ ਤੈਨੂੰ ਲੱਗਦਾ, ਇੱਥੇ ਕੋਈ ਇਹ 'ਚ ਗੁੱਸੇ ਵਾਲੀ ਕੋਈ ਗੱਲ ਹੀ ਨਹੀਂ। ਚਲੋ ਪਹਿਲੇ ਤੋਂ ਸ਼ੁਰੂ ਕਰਦੇ ਹਾਂ, 5ਵੇਂ ਤੋਂ, ਪਹਿਲੇ ਤੋਂ ਅਮਰਿੰਦਰ ਵੀਰਾ, ਪਹਿਲੇ ਤੇ ਅਮਰਿੰਦਰ ਵੀਰਾ, ਨੰਬਰ 1 ਅਮਰਿੰਦਰ ਗਿੱਲ ਸਾਹਿਬ, ਹਾਂਜੀ ਹਾਂਜੀ, ਦੂਜੇ ਨੰਬਰ ਤੇ ਦਲਜੀਤ ਭਾਜੀ, ਠੀਕ ਹੈ ਜੀ, ਤੀਜੇ ਤੇ ਗੁਰਨਾਮ ਵੀਰਾ, ਚੌਥੇ ਤੇ ਆਪਣੇ ਐਮੀ ਵੀਰਾ, ਪੰਜਵੇਂ ਤੇ ਗਿੱਪੀ ਵੀਰਾ। ਮੈਨੂੰ ਐਂ ਲੱਗਦਾ ਕਿਉਂਕਿ ਹਰ ਇੱਕ ਦਾ ਟੇਸਟ ਭਾਅ ਜੀ ਵੱਖੋ ਵੱਖਰਾ, ਹੁਣ ਆਪਾਂ ਦੋਵਾਂ ਨੂੰ ਭਿੰਡੀਆਂ ਦੇ ਦਿਉ ਤੁਸੀਂ ਬਣਾਉਣ ਨੂੰ, ਤੁਸੀਂ ਹੋਰ ਸਵਾਦ ਦੀਆਂ ਬਣਾ ਕੇ ਲਿਆਉਂਗੇ, ਮੈਂ ਹੋਰ ਸਵਾਦ ਦੀਆਂ, ਇਹਦੇ 'ਚ ਕੋਈ ਗੁੱਡ ਬੈਡ ਨਹੀਂ ਹੈਗਾ, ਉਹ ਮੇਰੀ ਇੱਕ ਪਰਸਨਲ ਟੇਸਟ ਹੈ, ਐਜ਼ ਅ ਵਿਊਅਰ ਤੁਸੀਂ, ਹਾਂ ਮੇ ਵੀ ਕਿਸੇ ਦੇ ਲਈ ਨੰਬਰ 1 ਤੇ ਗਿੱਪੀ ਭਾਅ ਜੀ ਹੋਣਗੇ, ਜਾਂ ਮਤਲਬ ਇਹ ਕੋਈ ਫਾਰਮੂਲਾ ਨਹੀਂ ਹੈ ਵੀ ਐਂ ਹੀ ਹੈ, ਕਹਿਤਾ ਤਾਂ ਤੁਸੀਂ ਵਿਚੋਲੇ ਹੋ, ਠੀਕ ਹੈ, ਹਾਂਜੀ ਹਾਂਜੀ ਹੈਗਾ ਜੀ ਮੈਂ, ਹਾਂ ਹਾਂਜੀ 100%। ਮੈਂ ਕੁਝ ਆਰਟਿਸਟ ਦਾ ਨਾਮ ਲਊਂਗਾ, ਤੁਸੀਂ ਦੱਸਣਾ ਵੀ ਕਿਹਦੇ ਨਾਲ ਤੁਸੀਂ ਕਿਹੜੀ ਜੋੜੀ ਨੂੰ ਰਲਾਓਗੇ। ਡਨ, ਠੀਕ ਹੈ ਜੀ, ਡਨ, ਮੰਗਣੀਆਂ ਕਰਾਉਣੀਆਂ, ਵਿਆਹ ਕਰਾਉਣੇ ਨੇ। ਸੁੱਖ ਇਹਨਾਂ ਦਾ ਕਿਸੇ, ਹਾਂਜੀ ਹਾਂਜੀ, ਇੰਡਸਟਰੀ ਦੇ ਵਿੱਚੋਂ ਕਿਹਨਾਂ ਨਾਲ, ਕਿਹਦੇ ਨਾਲ? ਨੀਰੂ ਬਾਜਵਾ।
ਅੱਛਾ ਕਰਨ ਔਜਲਾ ਸੋਨਮ ਬਾਜਵਾ ਤਾਨਿਆ ਸਕਸ ਲਾਈਕ ਆਉ ਮੈਚ ਹੀ ਨਹੀਂ ਹੈਗਾ ਪਰ ਮੈਂ ਦੱਸ ਜੀ ਅੱਛਾ ਕੌਣ ਸੀ ਜੀ ਤਾਨਿਆ ਜੀ ਤਾਨਿਆ ਜੀ ਗੁਰਨਾਮ ਭੁੱਲਰ ਓਕੇ ਜੈਸਮਿਨ ਜੈਸਮਿਨ ਸੈਂਡਲਸ ਜੈਸਮਿਨ ਸੈਂਡਲਸ ਗੈਰੀ ਸੰਧੂ ਹਾਂ ਸਹੀ ਹੈ ਮੈਂ ਠੀਕ ਹੈ ਠੀਕ ਹੈ ਹਾਂ ਵਿਚੋਲੇ ਲਿਖ ਤਾਂ ਰਿਸ਼ਤਾ ਸਹੀ ਕਰਾਂਗੇ ਦੁਕਾਨ ਚਲਾਉਣੀ ਅਰਮਾਨ ਬੇਦਿਲ ਤਨੂ ਗਰੇਵਾਲ ਤਨੂ ਗਰੇਵਾਲ ਅਰਮਾਨ ਬੇਦਿਲ ਨਿਮਰਤ ਖਹਿਰਾ ਨਿਮਰਤ ਖਹਿਰਾ ਦਲਜੀਤ ਦੋਸਾਂਝ ਥੈਂਕ ਯੂ ਸੋ ਮਚ ਇਹ ਰਾਊਂਡ ਇੱਥੇ ਖਤਮ ਹੁੰਦਾ ਪਰ ਤੁਹਾਡੇ ਸਵਾਲ ਹਜੇ ਇੱਕ ਦੋ ਪੈਂਡਿੰਗ ਨੇ ਠੀਕ ਹੈ ਜੀ ਨੋ ਪ੍ਰੋਬਲਮ ਕਿਹੜੀ ਹੀਰੋਇਨ ਨਾਲ ਮਾਲਦੀਵ 'ਚ ਛੁੱਟੀਆਂ ਮਨਾਉਣਾ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਮੈਂ ਹਾਂਜੀ ਮੈਂ ਮਾਲਦੀਵ ਮੈਂ ਹੀਰੋ ਮਾਲਦੀਵ ਹੀਰੋਇਨ ਮਿਲ ਰਹੀ ਹੈ ਲੈ ਲਓ ਮੈਂ ਪੰਜਾਬੀ ਇੰਗਲਿਸ਼ ਮਤਲਬ ਕਿਹੜੀ ਇੰਗਲਿਸ਼ ਹਾਂ ਦੇਖ ਲਓ ਇੰਗਲਿਸ਼ ਇੰਗਲਿਸ਼ ਗੱਲ ਕਰਨ ਦੀ ਅਕਲ ਓਨੀ ਕੀ ਹੈ ਮੈਨੂੰ ਲੱਗਦਾ ਆਪਣਾ ਨਜ਼ਰੀਆ ਹੁੰਦਾ ਤੁਹਾਡਾ ਨਜ਼ਰੀਆ ਕੀ ਨਹੀਂ ਆਪਣਾ ਨਜ਼ਰੀਆ ਹੁੰਦਾ ਵੀ ਕਈ ਵਾਰੀ ਅਗਲਾ ਸਹੀ ਹੁੰਦਾ ਸਾਨੂੰ ਹੀ ਗਲਤ ਲੱਗਦਾ ਹੁੰਦਾ ਜੇ ਕਿਸੇ ਦਾ ਇੰਸਟਾਗ੍ਰਾਮ ਹੈਕ ਕਰਨਾ ਹੋਵੇ ਤਾਂ ਕਿਹਦਾ ਕਰੋਗੇ ਤੈਨੂੰ ਦਾ ਅੱਛਾ ਜੀ ਕਿਉਂ ਕਿਉਂ ਫਿਰ ਮੈਂ ਰਾਜ ਨਹੀਂ ਖੋਲਣਾ ਚਲੋ ਬਹੁਤ ਵਧੀਆ ਬਹੁਤ ਵਧੀਆ ਨਿਭਾਇਆ ਤੁਸੀਂ ਥੈਂਕ ਯੂ ਸੋ ਮਚ ਬਹੁਤ ਇੰਟਰਸਟਿੰਗ ਸ਼ੂਟ ਵੀ ਹੋਇਆ ਗੱਲਾਂ ਬਾਤਾਂ ਵੀ ਹੋਈਆਂ ਐਂਟਰਟੇਨਮੈਂਟ ਵੀ ਹੋਇਆ ਮੈਂ ਤਾਂ ਨਾ ਗੱਡੀ ਦੇ ਪਿੱਛੇ ਬੈਠਾ ਸੀ ਅਰਮਾਨ ਵੀਰਾਂ ਨਾ ਦਿਲ ਤੇ ਦਿਲ ਭੇਜ ਰਿਹਾ ਸੀ ਕਿਸੇ ਨੂੰ ਬਹੁਤ ਵਧੀਆ ਸੋ ਸੁੱਖ ਸੰਘੇੜੇ ਬਾਈ ਦਾ ਸੈਮ ਹੋਰਾਂ ਦਾ ਤਨੂ ਦਾ ਅਰਮਾਨ ਦਾ ਮੈਂ ਸ਼ੁਕਰੀਆ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਆਏ ਜੀ ਸਾਡੇ ਸ਼ੋਅ ਨੂੰ ਪਿਆਰ ਕਰਦੇ ਰਹੋ ਨੈਕਸਟ ਵੀਕ ਨਵੇਂ ਸੈਲੀਬ੍ਰਿਟੀਜ਼ ਵੀ ਸਾਡੇ ਨਾਲ ਹੋਣਗੇ ਅਤੇ ਇੱਦਾਂ ਤੁਸੀਂ ਟੱਬਰ ਹਿੱਟਸ ਇੰਜੋਏ ਕਰਦੇ ਰਹੋ ਜੋ ਵੀ ਆ ਸਭ ਕੁਛ ਤੁਹਾਡੇ ਕਰਕੇ ਆ ਤੁਹਾਡਾ ਆਪਣਾ ਰਵਨੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ